ਸਾਨੂੰ ਕਹਿੰਦੇ ਕਮਲੇ ਹੋ ਗਏ ਨੇ ਕਹਿੰਦੇ ਇਹ ਤਾਂ ਕਮਲਾ ਸੀਗਾ ਸੀਗਾ ਇਹ ਵੀ ਨਾਲ ਕਮਲੀ ਕਰ ਲਿਆ ਕਹਿੰਦੇ ਇੱਕ ਦਿਨ ਇਹ ਵੀ ਇਹਨੂੰ ਛੱਡ ਕੇ ਭੱਜ ਜੂਗੀ ਕਹਿੰਦੇ ਫਿਰਦਾ ਰਹੂਗਾ ਇਕੱਲਾ ਅੱਛਾ ਤੁਸੀਂ ਫਾਈਲ ਲਾਉਣ ਨਹੀਂ ਗਏ ਮੇਲੇ ਤੇ ਜਾਵੜੇ ਅਸੀਂ ਮੇਲਾ ਦੇ ਲੈਣੇ ਜੰਟ ਨੂੰ ਮਿਲਣ ਗਏ ਸੀਗੇ ਹਾਂ ਲੁਧਿਆਣੇ ਜੰਟ ਨੂੰ ਮਿਲਣ ਗਏ ਸੀ ਚੰਡੀਗੜ੍ਹ ਤੋਂ ਆਏ ਸੀਗੇ ਜੀ ਤੇ ਕਹਾ ਇਹਨਾਂ ਦੇ ਰਿਸ਼ਤੇਦਾਰ ਨੇ ਜੀ ਜਗਰਾਉਂ ਬਾਈ ਜਗਰਾਉਂ ਕਹਿੰਦੇ ਆਪਾਂ ਚੱਲ ਆਪਾਂ ਰਿਸ਼ਤੇਦਾਰਾਂ ਨੂੰ ਮਿਲੇ ਆਉਣੇ ਆ ਤੇ ਜਗਰਾਉਂ ਹੀ ਮੇਲਾ ਲੱਗਿਆ ਹੋਇਆ ਸਲਾਹ ਕੀਤੀ ਜਦੋਂ ਮੈਂ ਇੱਕ ਦੋ ਜਾਣੇ ਨਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਕਿਉਂ ਹੁਣ ਇੰਨਾ ਕੁਛ ਕਰਨ ਤੋਂ ਬਾਅਦ ਪੜ੍ਹਨ ਤੋਂ ਬਾਅਦ ਹੁਣ ਤੂੰ ਗੋਹੇ 'ਚ ਹੱਥ ਮਾਰੂੰਗੀ ਤਾਂ ਮੈਨੂੰ ਇਹ ਫੀਲ ਹੋਇਆ ਕਿ ਹਾਂ ਮੈਨੂੰ ਲੋਕ ਕੀ ਕਹਿਣਗੇ ਨਾ ਜਿਹੜੀ ਆਪਣੀ ਹਰ ਇੱਕ ਬੰਦੇ ਦੀ ਸੋਚ ਹੁੰਦੀ ਆ ਪਹਿਲੀ ਇਹੀ ਹੁੰਦਾ ਬਾਹਰਲੇ ਦੇਸ਼ ਕੰਮ ਆਪਾਂ ਮੰਨ ਕੇ ਚੱਲ 16-16 ਘੰਟੇ ਕਰਦੇ ਆ ਇੱਥੇ 4 ਘੰਟੇ ਕਰ ਲਓ ਬਰਾਬਰ ਹੁਣ ਤੁਸੀਂ 30 ਲੱਖ ਰੁਪਈਆ ਲੋਨ ਲਈ ਬੈਠੇ ਹੋ ਹੁਣ ਬਹੁਤ ਲੋਕਾਂ ਨੇ ਸਵਾਲ ਕਰਨਾ ਗਾ ਵੀ 30 ਲੱਖ ਲੈ ਲਿਆ ਇਹਨਾਂ ਦੇ ਕੋਲੇ ਕੋਈ ਬਾਹਲੀ ਜ਼ਮੀਨ ਹੋਊਗੀ ਤਕੜੇ ਬੰਦੇ ਜਾਂ ਕੁਛ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਕਿੰਨੀ ਕੁ ਪੈਲੀ ਆ 2 ਕਿੱਲੇ ਪੈਲੀ ਆ ਤੁਹਾਡੇ ਕੋਲੇ ਬਹੁਤ ਸਾਰੇ ਲੋਕ ਜਿਹੜੇ ਇਹ ਕਮੈਂਟ ਕਰਦੇ ਵੀ ਦੇਖਣ ਨੂੰ ਚੀਜ਼ ਬਾਹਲੀ ਸੋਹਣੀ ਲੱਗਦੀ ਆ ਹੁੰਦਾ ਵਿੱਚ ਕੁਛ ਨਹੀਂ ਉਹਨਾਂ ਸਾਲਾਂ 'ਚ ਬਾਈ ਜਮਾ ਸੈੱਟ ਹੋ ਜਾ ਐਕਚੁਅਲੀ ਨਾ ਦੇਖਣ 'ਚ ਤਾਂ ਆਪਾਂ ਨੂੰ ਇਹ ਵੀ ਸੋਹਣਾ ਲੱਗਦਾ ਕਿ ਫੋਰਨ ਤੋਂ ਆਉਂਦੇ ਲੋਕ ਹਨ ਇੰਨਾ ਇੰਨਾ ਗੋਲਡ ਪਾਇਆ ਹੁੰਦਾ ਇੰਨੇ ਪੈਸੇ ਹੁੰਦੇ ਗੱਡੀਆਂ 'ਚ ਪਰ ਉਹਨਾਂ ਦੀ ਆਪਾਂ ਸਟਰਗਲ ਨਹੀਂ ਦੇਖਦੇ ਨਾ ਕੁੜੀਆਂ ਦੇਖ ਲਓ ਇੱਥੇ ਮਤਲਬ 10-10 ਵਜੇ ਤੱਕ ਨਹੀਂ ਉੱਠਦੀਆਂ ਮੈਂ ਆਪਣੀ ਵੀ ਗੱਲ ਕਰਾਂ ਮੈਂ ਜਦੋਂ ਅਨਮੈਰਿਡ ਸੀ 10 ਵਜੇ ਤੱਕ ਉੱਠਦੀ ਨਹੀਂ ਸੀ ਜੀ ਤੇ ਹੁਣ ਉਹ ਕੁੜੀਆਂ 10-10 ਵਜੇ ਤੱਕ ਉੱਠਦੀਆਂ ਨੇ ਉੱਥੇ ਜਾ ਕੇ 4 ਵਜੇ ਉੱਠਦੀਆਂ ਨੇ ਰਾਤ ਨੂੰ ਸ਼ਿਫਟਾਂ ਲਾਉਂਦੀਆਂ ਨੇ ਇੱਥੇ ਆਪਾਂ ਇਕੱਲੀ ਕੁੜੀ ਨੂੰ ਸ਼ਹਿਰ ਤੱਕ ਨਹੀਂ ਭੇਜਦੇ ਤੇ ਉੱਥੇ ਆਪਾਂ ਕੁੜੀਆਂ ਨੂੰ ਕਿਵੇਂ ਮਤਲਬ ਛੱਡਿਆ ਹੋਇਆ ਤੁਹਾਡੇ ਨਾਲ ਹੁਣ ਫਿਰ ਕੁੜੀਆਂ ਜੁੜ ਰਹੀਆਂ ਨੇ ਹਾਂਜੀ ਮੇਰੇ ਨਾਲ ਬਹੁਤ ਕੁੜੀਆਂ ਜੁੜ ਰਹੀਆਂ ਨੇ ਕਈ ਕੁੜੀਆਂ ਤੇ ਇਹੋ ਜੀਆਂ ਨੇ ਜਿਨ੍ਹਾਂ ਨੇ ਮਤਲਬ ਫੋਰਨ ਜਾਣ ਦਾ ਬਣਾ ਰੱਖਿਆ ਸੀ ਮਤਲਬ ਆਪਣੀ ਫੀਸ ਵਗੈਰਾ ਵੀ ਫਿਲ ਕੀਤੀ ਹੋਈ ਸੀ ਉਹਨਾਂ ਨੇ ਉਹ ਵੀ ਵਾਪਸ ਕਰਵਾਉਣ ਲਈ ਐਪਲੀਕੇਸ਼ਨ ਵਗੈਰਾ ਦੇ ਦਿੱਤੀ ਹੁਣ ਕੰਮ ਨਹੀਂ ਕਰਨਾ ਤੜਕੀ ਚਿੱਟੇ ਪਾ ਲੈਣੇ ਆ ਦੋ ਪਸੰਦ ਦੇ ਭਗਵਾਨ ਭਈਆ ਰੱਖੂਗਾ ਫਿਰ ਉਹ ਤਾਂ ਨਾ ਕਾਮਯਾਬ ਹੋਵੇ ਅੱਜ ਨਾ ਹੋਵੇ ਕੱਲ ਬਾਕੀ ਲੋਕ ਤਾਂ ਹੁਣ ਵੀ ਕਹਿੰਦੇ ਨੇ ਕਿ ਇਹਨਾਂ ਤੋਂ ਲੋਨ ਨਹੀਂ ਲੱਥਣਾ ਇਹਨਾਂ ਦੀ ਬੈਂਕ 'ਚ ਫੋਟੋ ਲੱਗੂਗੀ ਕਿ ਅਸੀਂ ਜਦੋਂ ਇੱਥੋਂ ਤੱਕ ਪਹੁੰਚ ਗਏ ਹਨਾ ਤੁਸੀਂ ਇੰਨੀਆਂ ਰੁਕਾਵਟਾਂ ਲਾਈਆਂ ਹਨਾ ਆਪਾਂ ਚਲੋ ਨਾਮ ਤਾਂ ਕਿਸੇ ਦਾ ਕਿਉਂ ਲੈ ਲੋਨ ਵੀ ਰੋਕਣ ਤੇ ਕਰ ਗਏ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਅੱਜ ਬਿਹੇ ਦੀ ਖਾਸ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਖੇਤੀਬਾੜੀ ਦੇ ਨਾਲ ਜੇ ਅਸੀਂ ਸੰਬੰਧਿਤ ਕਿੱਤਿਆਂ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਗੀਆਂ ਸਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀਆਂ ਗੀਆਂ ਖਾਸ ਕਰਕੇ ਸਾਡੀਆਂ ਹੀ ਮੁਲਾਕਾਤਾਂ ਦੇ ਵਿੱਚ ਅਸੀਂ ਡੈਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ ਦੇ ਤੁਹਾਨੂੰ ਦਰਸ਼ਨ ਦੀਦਾਰੇ ਕਰਾਉਣੇ ਆ ਅੱਜ ਅਸੀਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਗੋਸਲ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੇ ਬੀਬਾ ਰਮਨਦੀਪ ਕੌਰ ਅਤੇ ਉਹਨਾਂ ਦੇ ਪਤੀ ਜਗਦੇਵ ਸਿੰਘ ਹਾਲਾਂਕਿ ਇੱਕ ਦਿਨ ਇਹ ਵਿਚਾਰ ਸੀਗਾ ਵੀ ਇਹਨਾਂ ਨੇ ਆਈਲੈਟਸ ਕਰਕੇ ਬਾਹਰ ਚਲੇ ਜਾਣਾ ਗਾ ਫਾਈਲ ਦੀ ਵੀ ਤਿਆਰੀ ਕਰ ਲਈ ਸੀ ਪੈਸਿਆਂ ਦਾ ਵੀ ਪ੍ਰਬੰਧ ਕਰ ਲਿਆ ਸੀ ਅਤੇ ਬੈਂਡ ਵੀ ਆ ਗਏ ਸੀ ਪਰ ਉਦੋਂ ਬਾਅਦ ਇਹਨਾਂ ਨੇ ਇੱਕ ਵੱਡਾ ਜਿਹੜਾ ਫੈਸਲਾ ਗਾ ਆਪਣੀ ਜ਼ਿੰਦਗੀ ਤਬਦੀਲ ਕਰਨ ਵਾਸਤੇ ਅਤੇ ਆਪਣੇ ਬਿਹਤਰ ਭਵਿੱਖ ਦੀ ਖਾਤਰ ਇੱਕ ਵੱਡਾ ਫੈਸਲਾ ਲਿਆ ਉਹ ਫੈਸਲਾ ਕੀ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਕਿਵੇਂ ਇਹ ਇਸ ਕਿੱਤੇ ਵੱਲ ਆਏ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰਮਨ ਜੀ ਮੈਂ ਤੁਹਾਤੋਂ ਹੀ ਸ਼ੁਰੂ ਕਰੂੰਗਾ ਕੁੜੀਆਂ ਬਹੁਤ ਖੇਤਰਾਂ ਦੇ ਵਿੱਚ ਅੱਗੇ ਆ ਪਰ ਜਿੱਥੇ ਤੁਸੀਂ ਚੰਡੀਗੜ੍ਹ ਰਹਿ ਕੇ ਆਈਲੈਟਸ ਕਰ ਰਹੇ ਸੀ 6:30 ਤੁਹਾਡੇ ਬੈਂਡ ਆ ਗਏ ਜਿਵੇਂ ਤੁਸੀਂ ਦੱਸਿਆ ਉਦੋਂ ਬਾਅਦ ਇੱਧਰਲੇ ਪਾਸੇ ਕਿਵੇਂ ਉਹ ਸਾਰੀ ਕਹਾਣੀ ਦੱਸ ਦਿਓ ਵੀ ਇੱਕ ਪਾਸੇ ਫਾਈਲ ਲਾਉਣ ਚੱਲੇ ਸੀ ਤੇ ਉਦੋਂ ਬਾਅਦ ਇੱਧਰ ਕਿਵੇਂ ਆ ਗਏ ਤੁਸੀਂ ਐਕਚੁਅਲੀ ਨਾ ਅਸੀਂ ਜਦੋਂ ਚੰਡੀਗੜ੍ਹ ਰਹਿੰਦੇ ਸੀ ਅਸੀਂ ਨਾ ਮਤਲਬ ਜਿਹੜਾ ਪੈਕਟ ਵਾਲਾ ਦੁੱਧ ਆ ਅਸੀਂ ਬੇਬੀ ਨੂੰ ਪਿਆਉਣ ਵਾਸਤੇ ਪ੍ਰੈਫਰ ਨਹੀਂ ਕਰਦੇ ਸੀ ਜੀ ਕਿਉਂਕਿ ਉਹ ਕੀ ਪਤਾ ਕਦੋਂ ਦਾ ਮਤਲਬ ਪੈਕਿੰਗ ਕੀਤੀ ਹੁੰਦੀ ਆ ਹਨਾ ਇਸ ਕਰਕੇ ਜੀ ਤੇ ਅਸੀਂ ਦੁੱਧ ਲੈਣ ਜਾਂਦੇ ਹੁੰਦੇ ਸੀ ਨਾਲ ਪਿੰਡ ਆ ਚੰਡੀਗੜ੍ਹ ਦੇ ਕੈਂਪ ਵਾਲਾ ਜੀ ਉੱਥੋਂ ਅਸੀਂ ਦੁੱਧ ਲੈਣ ਜਾਂਦੇ ਹੁੰਦੇ ਜਦੋਂ ਅਸੀਂ ਉੱਥੋਂ ਦੁੱਧ ਲੈਣ ਜਾਂਦੇ ਸਵੇਰੇ ਸ਼ਾਮ ਤਾਂ ਅਸੀਂ ਦੇਖਦੇ ਵੀ ਮਤਲਬ ਉਹਨਾਂ 2 ਲੇਵਰ ਵਾਲੇ ਰੱਖੇ ਹੋਏ ਸੀਗੇ 100 ਪਲੱਸ ਉਹਨਾਂ ਦੇ ਐਨੀਮਲ ਸੀਗੇ ਜੀ ਤੇ ਅਸੀਂ ਇਹਨਾਂ ਦੇ ਮਨ 'ਚ ਖਿਆਲ ਆਇਆ ਕਿ ਆਪਾਂ ਵੀ ਕੁਛ ਐਵੇਂ ਦਾ ਸਟਾਰਟ ਕਰੀਏ ਨਾ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿਵੇਂ ਸਟਾਰਟ ਕੀਤਾ ਕਿੰਨੀ ਇਨਕਮ ਵਗੈਰਾ ਤਾਂ ਥੋੜਾ ਥੋੜਾ ਮਨ ਬਣ ਗਿਆ ਸਾਡਾ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਨਹੀਂ ਮੈਂ ਮਤਲਬ ਮੈਨੂੰ ਇੱਕ ਦੋ ਜਾਣਿਆਂ ਨੇ ਸਲਾਹ ਕੀਤੀ ਜਦੋਂ ਮੈਂ ਇੱਕ ਦੋ ਜਾਣਿਆਂ ਨਾਲ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਕਿਉਂ ਹੁਣ ਇੰਨਾ ਕੁਛ ਕਰਨ ਤੋਂ ਬਾਅਦ ਪੜ੍ਹਨ ਤੋਂ ਬਾਅਦ ਹੁਣ ਤੂੰ ਗੋਹੇ 'ਚ ਹੱਥ ਮਾਰੂੰਗੀ ਤਾਂ ਮੈਨੂੰ ਇਹ ਫੀਲ ਹੋਇਆ ਕਿ ਹਾਂ ਮੈਨੂੰ ਲੋਕ ਕੀ ਕਹਿਣਗੇ ਨਾ ਜਿਹੜੀ ਆਪਣੀ ਹਰ ਇੱਕ ਬੰਦੇ ਦੀ ਸੋਚ ਹੁੰਦੀ ਆ ਪਹਿਲੀ ਇਹੀ ਹੁੰਦਾ ਕਿ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਹਾਂਜੀ ਸੋਸਾਇਟੀ ਕੀ ਕਹੂਗੀ ਤਾਂ ਫਿਰ ਮੈਂ ਇਹ ਮੈਨੂੰ ਕਹਿ ਰਹੇ ਸੀ ਕਿ ਆਪਾਂ ਫਾਰਮ ਖੋਲਦੇ ਹਾਂ ਮੈਂ ਮੰਨੀ ਨਹੀਂ ਇਹਨਾਂ ਦੀ ਗੱਲ ਤੇ ਇਹ ਕਹਿੰਦੇ ਚਲੋ ਠੀਕ ਆਪਾਂ ਫਾਈਲ ਲਾ ਦਿੰਦੇ ਹਾਂ ਅਸੀਂ ਫਾਈਲ ਲਾਉਣ ਲਈ ਲੁਧਿਆਣੇ ਜਾ ਰਹੇ ਸੀ ਤੇ ਸਾਡਾ ਨਾ ਗੱਡੀ ਦਾ 뮤직 ਸਿਸਟਮ ਨਾ ਖਰਾਬ ਹੋ ਗਿਆ ਪਤਾ ਨਹੀਂ ਕੀ ਰੀਜ਼ਨ ਹੋਇਆ ਤੇ ਇਹ ਕਹਿੰਦੇ ਨਾ ਫੋਨ ਤੇ ਕੋਈ ਸੌਂਗ ਪਲੇ ਕਰ ਲਾ
ਜੀ ਤਾਂ ਮੈਂ ਦੇਖਿਆ ਕਿ ਅੰਕਲ ਡਾਕਟਰ ਬਲਵਿੰਦਰ ਜੀ ਡੇਰੀ ਫਾਰਮ ਆਲ ਖਡੇਰੀ ਫਾਰਮ ਤੋਂ ਜੀ ਉਹਨਾਂ ਦੀ ਵੀਡੀਓ ਅਚਾਨਕ ਮੇਰੇ ਸਾਹਮਣੇ ਆ ਗਈ ਜਦੋਂ ਮੈਂ ਉਹਨੂੰ ਪਲੇ ਕੀਤਾ ਹਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹ ਤਾਂ ਅੰਕਲ ਆਪਣੇ ਏਰੀਏ ਦੇ ਨੇ ਤੇ ਕਹਿੰਦੇ ਕੀ ਕਹਿੰਦੇ ਨੇ ਮਤਲਬ ਆਪਾਂ ਸੁਣੀਏ ਜਦੋਂ ਅਸੀਂ ਉਹਨਾਂ ਦੀ ਮਤਲਬ ਇੰਟਰਵਿਊ ਸੁਣੀ ਹਨਾ ਵੀਡੀਓ ਦੇਖੀ ਤਾਂ ਸਾਨੂੰ ਮੈਨੂੰ ਫੀਲ ਹੋਇਆ ਹਨਾ ਉਹ ਕਹਿ ਰਹੇ ਸੀ ਕਿ ਪੀਡੀਐਫ ਦਾ ਮੇਲਾ ਲੱਗਿਆ ਹੋਇਆ ਮਤਲਬ ਉਹਦੇ ਰਿਗਾਰਡਿੰਗ ਉਹਨਾਂ ਨੇ ਵੀਡੀਓ ਅਪਲੋਡ ਕੀਤੀ ਹੋਈ ਸੀ ਉਹ ਵੀਡੀਓ ਮੈਨੂੰ ਇੰਟਰਸਟਿੰਗ ਜੀ ਲੱਗੀ ਇੱਕ ਉਹਨਾਂ ਦਾ ਬੋਲਣ ਦਾ ਸਟਾਈਲ ਇੱਕ ਉਹਨਾਂ ਦਾ ਮਤਲਬ ਜੋ ਵੀ ਉਹਨਾਂ ਨੇ ਚੀਜ਼ਾਂ ਦੱਸੀਆਂ ਸੀਗੀਆਂ ਮੈਨੂੰ ਵਧੀਆ ਲੱਗਿਆ ਅਸੀਂ ਦੋਨਾਂ ਨੇ ਸੁਣੀ ਇਹ ਕਹਿੰਦੇ ਵੀ ਇੰਨਾ ਵੀ ਹੋ ਸਕਦਾ 40-45 ਕਿਲੋ ਦੁੱਧ 60-70 ਕਿਲੋ ਦੁੱਧ ਇੰਨਾ ਹੋ ਸਕਦਾ ਕਹਿੰਦੇ ਵੀ ਜਿਹੜਾ ਆਪਾਂ ਉੱਥੇ ਤੂੰ ਬਾਹਰ ਜਾਣਾ ਆਪਾਂ ਇੱਥੇ ਇਨਵੈਸਟ ਕਰ ਲੈਂਦੇ ਹਾਂ ਮੇਰਾ ਵੀ ਮਨ ਬਣ ਗਿਆ ਮੈਂ ਕਿਹਾ ਚਲੋ ਆਪਾਂ ਇੱਕ ਵਾਰ ਮੇਲਾ ਦੇਖਦੇ ਹਾਂ ਜੇ ਮੈਨੂੰ ਲੱਗਿਆ ਫਿਰ ਆਪਾਂ ਇੱਥੇ ਰਹਿ ਲਾਂਗੇ ਅੱਛਾ ਤੁਸੀਂ ਫਾਈਲ ਲਾਉਣੀ ਗਏ ਮੇਲੇ ਤੇ ਜਾਵੜੇ ਅਸੀਂ ਮੇਲਾ ਦੇਖਣ ਗਏ ਲੈਣੇ ਜੰਟ ਨੂੰ ਮਿਲਣ ਗਏ ਸੀਗੇ ਹਾਂ ਲੁਧਿਆਣੇ ਜੰਟ ਨੂੰ ਮਿਲਣ ਗਏ ਸੀ ਚੰਡੀਗੜ੍ਹ ਤੋਂ ਆਏ ਸੀਗੇ ਜੀ ਤੇ ਗਾਹਾਂ ਇਹਨਾਂ ਦੇ ਰਿਸ਼ਤੇਦਾਰ ਨੇ ਜੀ ਜਗਰਾਉਂ ਬਾਈ ਜਗਰਾਉਂ ਕਹਿੰਦੇ ਆਪਾਂ ਚੱਲ ਆਪਾਂ ਰਿਸ਼ਤੇਦਾਰਾਂ ਨੂੰ ਮਿਲੇ ਆਉਣੇ ਆ ਤੇ ਜਗਰਾਉਂ ਹੀ ਮੇਲਾ ਲੱਗਿਆ ਹੋਇਆ ਸੀਗਾ ਅਸੀਂ ਉੱਥੇ ਫਿਰ ਮੇਲਾ ਵੇਖਣ ਆ ਗਏ ਏਜੰਟ ਕੋਲੇ ਨਹੀਂ ਗਏ ਏਜੰਟ ਕੋਲੇ ਸੀਗੇ ਫਿਰ ਉਸ ਤੋਂ ਬਾਅਦ ਬਸ ਮਨ ਬਣ ਗਿਆ ਬਥੇਰੇ ਰਿਸ਼ਤੇਦਾਰਾਂ ਨੇ ਵੀ ਕਿਹਾ ਤੁਸੀਂ ਇਹ ਕੰਮ ਨਾ ਕਰੋ ਆਏ ਨਾ ਕਰੋ ਉਹ ਨਾ ਕਰੋ ਵੀ ਤੁਸੀਂ ਬਾਹਰ ਜਾਓ ਵੀ ਲੋਕ ਤਾਂ ਸਾਰਾ ਪੰਜਾਬ ਬਾਹਰ ਚੱਲਿਆ ਪਰ ਮੈਂ ਸਾਰਾ ਪੰਜਾਬ ਤਾਂ ਹੋਰ ਕੁਛ ਵੀ ਕਰੂਗਾ ਪਰੋਨਾ ਮਗਰ ਤਾਂ ਨਹੀਂ ਚੱਲਣਾ ਆਪਾਂ ਆਪਦੇ ਮੁਤਾਬਕ ਆਪਦਾ ਲੋਟ ਦੇਖਣਾ ਵੀ ਆਪਾਂ ਕਿਵੇਂ ਕਰਨਾ ਗਾ ਤੇ ਫਿਰ ਇਹਨਾਂ ਦਾ ਇੰਟਰਸਟ ਬਣ ਗਿਆ ਮੈਂ ਕਿਹਾ ਵੀ ਤੂੰ ਅਗਲੀ ਵਾਰ ਆ ਰਿੰਗ 'ਚ ਪੱਕਾ ਖੜੇ ਹੋਏਗੀ ਮੈਂ ਕਿਹਾ ਇੱਥੇ ਤੇ ਸਾਨੂੰ ਇੱਕ ਪੀਡੀਐਫ ਜਿਹੜੇ ਪ੍ਰਧਾਨ ਜੀ ਨੇ ਆਪਣੇ ਦਲਜੀਤ ਸਦਰਪੁਰਾ ਉਹਨੇ ਸਾਨੂੰ ਵਿਚਾਰ ਬਹੁਤ ਵਧੀਆ ਲੱਗੇ ਤੇ ਹੋਰ ਜਦੋਂ ਕਾਫੀ ਆਪਾਂ ਦੇਖੇ ਵੀ ਜਾ ਕੇ ਵੀ ਇੱਕ ਦੋ ਫਾਰਮਾਂ ਦੇ ਵੱਡੇ ਫਾਰਮਾਂ ਤੇ ਗਏ ਸਾਹਮਣੇ ਦੇਖਿਆ ਵੀ ਕੌਣ 'ਚ ਕਾਮਯਾਬ ਕਰਦਾ ਫਾਰਮਰ ਨੂੰ ਪੀਡੀਐਫ ਤੇ ਅਸੀਂ ਫਿਰ ਪੀਡੀਐਫ ਨੇ ਉਸ ਦਿਨ ਸੋਚ ਲਏ ਪੀਡੀਐਫ ਨਾਲ ਜੁੜ ਕੇ ਆਪਣੇ ਟ੍ਰੇਨਿੰਗ ਕਰਕੇ ਆਪਦਾ ਫਾਰਮ ਖੋਲਿਆ ਫਿਰ ਅਸੀਂ ਘਰੇ ਆ ਇੱਥੋਂ ਚੰਡੀਗੜ੍ਹ ਅਸੀਂ ਘਰ ਆਏ ਫਿਰ ਆ ਕੇ ਸਲਾਹ ਕਰੀ ਲੋਕ ਸਾਨੂੰ ਚੀਡਾਂ ਵੀ ਬਥੇਰੇ ਨੇ ਕਰੀਆਂ ਬਾਈ ਹਾਂ ਸਾਨੂੰ ਕਹਿੰਦੇ ਕਮਲੇ ਹੋ ਗਏ ਨੇ ਕਹਿੰਦੇ ਇਹ ਤਾਂ ਕਮਲਾ ਸੀਗਾ ਇਹ ਵੀ ਨਾਲ ਕਮਲੀ ਕਰ ਲਿਆ ਕਹਿੰਦੇ ਇੱਕ ਦਿਨ ਇਹ ਵੀ ਇਹਨੂੰ ਛੱਡ ਕੇ ਭੱਜ ਜੂਗੀ ਕਹਿੰਦੇ ਫਿਰਦਾ ਰਹੂਗਾ ਇਕੱਲਾ ਮਤਲਬ ਬਹੁਤ ਮੁਸ਼ਕਿਲ ਜਿੱਦਾਂ ਲੋਕਾਂ ਦੀ ਆਦਤ ਹੁੰਦੀ ਹੈ ਕਿਉਂਕਿ ਇਹਨਾਂ ਨੇ ਐਮਏ ਵੀ ਕਰੀ ਸੀ ਹਿਸਟਰੀ ਚ ਐਮਏ ਕਰੀ ਸੀ ਜੀ ਇੰਟਰਸਟ ਦਾ ਪੇਪਰ ਕਲੀਅਰ ਕਰ ਲਿਆ ਸੀਗਾ ਗਾਈਡ ਲੈਣਾ ਸੀ ਇਹਨਾਂ ਨੇ ਪੀਐਚਡੀ ਕਰਨ ਦਾ ਸੋਚ ਲਿਆ ਸੀਗਾ ਪਹਿਲਾਂ ਜੀ ਫਿਰ ਇਹਨਾਂ ਨੇ ਆਈਲੈਟਸ ਕਰ ਲਿਆ ਕਹਿੰਦੇ ਬਾਹਰ ਚੱਲਾਂ ਇੱਥੇ 5-7 ਸਾਲ ਮੱਥਾ ਮਾਰਾਂਗੇ ਪੀਐਚਡੀ ਚ ਜੀ ਜੀ ਤੇ ਫਿਰ ਪੀਐਚਡੀ ਵੀ ਨਹੀਂ ਕਰੀ ਗਈ ਤੇ ਨਾ ਬਾਹਰ ਜਾਇਆ ਗਿਆ ਮਨ ਚ ਸੀਗਾ ਫਿਰ ਇੱਧਰ ਹੀ ਸੋਚ ਲਿਆ ਵੀ ਆਪਾਂ ਇਹ ਕੰਮ ਕਰਨਾ ਜੇ ਆਪਾਂ ਬਾਹਰ ਨਹੀਂ ਜਾਣਾ ਇੱਥੇ ਬਿਜ਼ਨਸ ਸਟਾਰਟ ਵਧੀਆ ਕਰਨਾ ਜੀ ਰਮਨ ਜੀ ਇੱਕ ਸਵਾਲ ਮੈਂ ਤੁਹਾਨੂੰ ਕਰੂੰਗਾ ਜਿਵੇਂ ਸੋਸਾਇਟੀ ਦੀ ਗੱਲ ਕਰਦੇ ਹਾਂ ਜਾਂ ਆਲੇ ਦੁਆਲੇ ਦੀ ਗੱਲ ਕਰਦੇ ਹਾਂ ਰਿਸ਼ਤੇਦਾਰਾਂ ਦੀ ਗੱਲ ਕਰਦੇ ਜਦੋਂ ਇਹ ਚੀਜ਼ ਸੀ ਵੀ ਕਿੱਥੇ ਤੁਸੀਂ ਇੰਨਾ ਪੜ੍ਹ ਲਿਖ ਕੇ ਗੋਹੇ 'ਚ ਮੱਥਾ ਮਾਰੋਗੇ ਕਿੱਥੇ ਆਈਲੈਟਸ 'ਚੋਂ ਨੰਬਰ ਆਏ ਹੋਏ ਆ ਫਾਈਲ ਦੀ ਤਿਆਰੀ ਆ ਪੈਸੇ ਤਿਆਰ ਆ ਅਤੇ ਜੱਜ ਚੜ੍ਹਨਾ ਗਾ ਉਸ ਚੀਜ਼ ਤੋਂ ਕਿਉਂਕਿ ਤੁਸੀਂ ਆਪਦੇ ਪਤੀ ਨਾਲ ਵੀ ਚਲੋ ਸ਼ੇਅਰ ਕਰਦੇ ਹੋਗੇ ਪਰ ਮੈਂਟਲ ਲੈਵਲ ਦੇ ਵਿੱਚ ਜਾਂ ਅੰਦਰ ਬੰਦਾ ਬਹੁਤ ਕੁਛ ਸੋਚਦਾ ਆਪਣੇ ਦਿਲ ਦੇ ਵਿੱਚ ਉਦੋਂ ਕਿਹੋ ਜਿਹਾ ਦਿਨ ਸੀਗੇ ਜਾਂ ਕੀ ਗੱਲਾਂ ਸੀਗੀਆਂ ਜੋ ਮਨ ਦੇ ਵਿੱਚ ਚੱਲਦੀਆਂ ਸੀ ਜਦੋਂ ਮੇਰਾ ਮਤਲਬ ਨੇਚਰ ਹੀ ਐਵੇਂ ਦਾ ਜਦੋਂ ਮੈਨੂੰ ਕੋਈ ਕੋਈ ਗੱਲ ਕਹਿੰਦਾ ਨਾ ਮੇਰੇ ਕੋਲੇ ਮਤਲਬ ਰਹਿੰਦੀ ਨਹੀਂ ਜ਼ਿਆਦਾ ਟਾਈਮ ਮੈਂ ਇਹਨਾਂ ਨੂੰ ਆ ਕੇ ਦੱਸ ਦਿੰਦੀ ਹੁੰਦੀ ਹਾਂ ਕਿ ਤੁਹਾਡੇ ਕਰਕੇ ਮੈਨੂੰ ਉਹ ਬੰਦੇ ਨੇ ਐਵੇਂ ਕਿਹਾ ਜਦੋਂ ਮੈਂ ਇਹਨਾਂ ਕੋਤੇ ਗੁੱਸਾ ਹੋਈ ਹੈ ਨਾ ਹਾਈਪਰ ਜਿਹੀ ਹੋਈ ਹੈ ਕੁਛ ਬੋਲੇ ਨਹੀਂ ਅੱਗੋਂ ਜੀ ਤੇ ਇਹਨਾਂ ਦਾ ਫੇਸ ਐਵੇਂ ਸੀਗਾ ਕਿ ਹੁਣ ਰੋਏ ਹੈ ਨਾ ਮੈਂ ਦੇਖਦੀ ਰਹੀ ਮੈਂ ਆ ਕੇ ਸੋਚਣ ਲੱਗਿਆ ਮੈਂ ਇਹਨਾਂ ਨੂੰ ਕਿਉਂ ਦੋਸ਼ ਦੇ ਰਹੀ ਹਾਂ ਕਿਹਾ ਤਾਂ ਮੈਨੂੰ ਲੋਕ ਰਹੇ ਨੇ ਨਾ ਜੀ ਤੇ ਇੱਕ ਉਸ ਦਿਨ ਮੇਰੇ ਬੇਬੀ ਨੂੰ ਬੁਖਾਰ ਹੋ ਗਿਆ ਹੈ ਨਾ ਜੀ ਤੇ ਇਹ ਕਹਿੰਦੇ ਨਾ ਹੁਣ ਤੂੰ ਫੋਰਨ ਚਲੀ ਗਈ ਮੰਨ ਲਾ ਕਹਿੰਦੇ ਤੂੰ ਕੋਲ ਵੀ ਨਹੀਂ ਆਉਣਾ ਇਹਦੇ ਸਾਹਮਣੇ ਵੀ ਨਹੀਂ ਆਉਣਾ ਕਹਿੰਦੇ ਮੈਂ ਆਪੇ ਕੇਅਰ ਕਰੂੰਗਾ ਹੁਣ ਤੁਹਾਨੂੰ ਪਤਾ ਮਤਲਬ ਜਿਹੜੀ ਇੱਕ ਮਦਰ ਹੁੰਦੀ ਆ ਉਹਦਾ ਕਿਰਦਾਰ ਹੀ ਐਵੇਂ ਦਾ ਹੁੰਦਾ ਹੈ ਨਾ ਕਿ ਆਪਣਾ ਜੇ ਬੱਚਾ ਸੁੱਤਾ ਪਿਆ ਹੋਵੇ ਨਾ ਆਪਾਂ ਤਾਂ ਵੀ ਠਾ ਠਾ ਕੇ ਦੇਖਦੇ ਹਾਂ ਵੀ ਹਾਏ ਇੰਨਾ ਟਾਈਮ ਕਿਉਂ ਸੌਂ ਗਿਆ ਇਹ ਅੱਜ ਜਲਦੀ ਕਿਉਂ ਉੱਠ ਗਿਆ ਮਤਲਬ ਇੱਕ ਸੈਲਫਿਸ਼ ਟਾਈਪ ਲਾ ਲਓ ਵੀ ਆਪਾਂ ਇੰਨੇ ਸੈਲਫਿਸ਼ ਹੁੰਦੇ ਹਾਂ ਆਪਣੇ ਬੱਚਿਆਂ ਨੂੰ ਲੈ ਕੇ ਹੈ ਨਾ ਤਾਂ ਮੈਂ ਮੇਰੇ ਤੋਂ ਕਿੱਥੇ ਰਹਿ ਜਾਂਦਾ ਸੀਗਾ ਮੈਂ ਇਹਨਾਂ ਨੂੰ ਕਿਹਾ ਕਿ ਐਵੇਂ ਪੱਟੀ ਨਹੀਂ ਰੱਖਦੇ ਹੁੰਦੇ ਐਵੇਂ ਰੱਖਦੇ ਹੁੰਦੇ ਐਵੇਂ ਬੁਖਾਰ ਉੱਤਰਦਾ ਇਹ ਵਾਲੀ ਮੈਡੀਸਨ ਨਹੀਂ ਦੇਣੀ ਇਹ ਵਾਲੀ ਦੇਣੀ ਆ ਫਿਰ ਮੈਨੂੰ ਕਹਿੰਦੇ ਜਦੋਂ ਤੂੰ ਚਲੀ ਗਈ ਫਿਰ ਇਹਨੂੰ ਕੌਣ ਦੇਖੂਗਾ ਫਿਰ ਉਸ ਦਿਨ ਤੋਂ ਮੈਂ ਸੋਚ ਲਿਆ ਕਿ ਜਿਹੜਾ ਮੈਂ 25-30 ਲੱਖ ਲਾ ਕੇ ਉੱਥੇ ਜਾਊਂਗੀ ਪਹਿਲਾਂ ਜਾ ਕੇ ਉੱਥੇ ਕੰਮ ਕਰੂੰਗੀ ਫਿਰ ਫੀਸਾਂ ਭਰੂੰਗੀ ਫਿਰ ਪਤਾ ਨਹੀਂ ਇਹਨਾਂ ਦੋਨਾਂ ਨੂੰ ਬੁਲਾਇਆ ਜਾਊ ਜਲਦੀ ਜਾਂ ਨਹੀਂ ਹੋ ਸਕਦਾ ਸਾਡਾ ਰਿਸ਼ਤਾ ਵੀ ਖਰਾਬ ਹੋ ਜੇ ਨਾ ਕਿਉਂਕਿ ਹੋ ਰਹੇ ਨੇ ਜੀ ਬਿਲਕੁਲ ਕਈ ਵਾਰ ਕੁੜੀਆਂ ਮਤਲਬ ਇਹ ਨਹੀਂ ਹੁੰਦਾ ਕਿ ਸਾਰੀਆਂ ਕੁੜੀਆਂ ਗਲਤ ਨੇ ਸਾਰੇ ਮੁੰਡੇ ਗਲਤ ਨੇ ਕਈ ਵਾਰ ਸਿਚੁਏਸ਼ਨ ਹੀ ਇਦਾਂ ਦੀ ਹੁੰਦੀ ਹੈ ਕਿ ਆਪਣੇ ਪੇਪਰ ਹੀ ਨਹੀਂ ਲੱਗ ਰਹੇ ਜਾਂ ਕੋਈ ਰੀਜ਼ਨ ਹੀ ਇਦਾਂ ਦਾ ਹੁੰਦਾ ਤੇ ਜਿਹੜੇ ਦੂਸਰੇ ਲੋਕ ਹੁੰਦੇ ਆ ਪਿੱਛੇ ਉਹ ਮਤਲਬ ਇੰਨਾ ਬੰਦੇ ਨੂੰ ਟੌਰਚਰ ਕਰਦੇ ਆ ਕਿ ਹਾਏ ਤੈਨੂੰ ਲੈ ਕੇ ਨਹੀਂ ਗਈ ਜਾਏ ਉਹ ਉਹਦੇ ਨਾਲ ਰਿਸ਼ਤਾ ਆਪਣਾ ਖਰਾਬ ਹੋ ਜਾਂਦਾ ਜੀ ਤਾਂ ਮੈਂ ਸੋਚਿਆ ਕਿ ਸਾਡਾ ਰਿਸ਼ਤਾ ਵੀ ਖਰਾਬ ਹੋਊਗਾ ਬਾਕੀ ਮੇਰਾ ਬੱਚਾ ਉਹ ਵੀ ਮੇਰੇ ਤੋਂ ਦੂਰ ਹੋਊਗਾ ਫਿਰ ਮੈਂ ਸੋਚਿਆ ਕਿ ਆਪਾਂ ਉਰੇ ਹੀ ਕੋਈ ਬਿਜ਼ਨਸ ਸਟਾਰਟ ਕਰਦੇ ਹਾਂ ਤੇ ਫਿਰ ਮੈਂ ਇਹੀ ਸੋਚਿਆ ਕਿ ਇਸ ਤੋਂ ਵਧੀਆ ਕੋਈ ਹੋਰ ਬਿਜ਼ਨਸ ਹੈਗਾ ਹੀ ਨਹੀਂ ਨਾਲੇ ਸਾਡੇ ਪੁਰਖਿਆਂ ਦਾ ਹੀ ਬਿਜ਼ਨਸ ਹੈ ਹਾਂਜੀ ਹਾਂ
ਤੇ ਪਿਛਲੇ ਸਾਲ ਤੋਂ ਜਦੋਂ ਦਾ ਮੇਲਾ ਦੇਖਿਆ ਉਦੋਂ ਘਰੇ ਸਾਡੇ ਮਤਲਬ ਆਪ 5-7 ਕਿਲੋ ਉਦਾਂ ਲੈਣੀਆਂ ਹੁੰਦੀਆਂ ਨੇ ਆਪਾਂ ਜਾਂ ਲੋਕ ਸ਼ਾਹੀਵਾਲ ਚ ਪੜ ਜਾਂਦੇ ਆਪਣੇ ਰਾਠੀ ਜਗ੍ਹਾ ਹੁੰਦੀ ਆ ਉਹਦਾ ਫਿਰ ਸਮਾਨ ਆ ਕੇ ਘਰੇ ਸੋਚ ਲਏ ਵੀ ਇਹਨਾਂ ਨੂੰ ਵੇਚ ਸੇਲ ਕਰਦੇ ਵੀ ਆਪਾਂ ਇਹਨੇ ਦੇਖ ਕੇ ਆਏ ਆਪਾਂ ਉਸ ਤੀਜ ਤੇ ਚੱਲੋ ਫਿਰ ਅਸੀਂ ਬਾਈ ਨਿਰਮਲ ਜੀ ਨਾਲ ਕਨੈਕਟ ਕਰਿਆ ਆਪਣੇ ਜਿਹੜੇ ਤੁਸੀਂ ਰੈਂਟ ਵੀ ਕਰੀਏ ਤੇ ਉਹਨਾਂ ਦੇ ਬਰਾਬਰ ਨਾਲ ਉਹਨਾਂ ਨੂੰ ਜਾਏ ਫਾਰਮ ਤੇ ਮਿਲ ਕੇ ਆਏ ਉਹ ਇੰਨੇ ਕੁ ਵਧੀਆ ਬੰਦੇ ਉਹਨਾਂ ਨੇ ਸਾਡੀ ਬਾਂਹ ਫੜ ਲਈ ਉਸ ਦਿਨ ਤੋਂ ਵੀ ਕੰਮ ਕਰਨਗੇ ਇਹ ਉਹ ਤਾਂ ਚਾਹੁੰਦੇ ਆ ਵੀ ਕੋਈ ਬੰਦਾ ਹੌਲੀ ਹੌਲੀ ਸਟਾਰਟ ਹੁੰਦਾ ਇੱਕ ਦਿਨ ਚ ਤਾਂ ਕੋਈ ਉੱਪਰ ਜਾਂਦਾ ਵੀ ਨੀਗਾ ਹੁਣ ਸਾਡੇ ਕੋਲ ਇੱਕ ਦੋ ਤੋਂ ਸਟਾਰਟ ਕੀਤਾ ਘਰੇ ਦਾ ਕੰਮ ਸਟਾਰਟ ਕੀਤਾ ਤਾਂ ਆਪਾਂ ਇੱਥੇ ਪਹੁੰਚੇ ਆ ਉਹਨਾਂ ਨੇ ਸਾਡੀ ਇੰਨੀ ਕੁ ਮਦਦ ਕੀਤੀ ਤੇ ਮੈਂ ਵੀ ਉਹਨਾਂ ਕਰਕੇ ਆਪਾਂ ਇੱਥੇ ਪਹੁੰਚੇ ਬਾਕੀ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਨਾ ਆਪਾਂ ਨੂੰ ਗੁਰੂ ਦਾ ਮਤਲਬ ਕੋਈ ਨਾ ਕੋਈ ਧਾਰਨ ਕਰਨਾ ਹੀ ਪੈਂਦਾ ਮੈਂ ਤਾਂ ਉਹਨਾਂ ਨੂੰ ਆਪਾਂ ਵੈਸੇ ਉਹ ਇਹ ਚੀਜ਼ ਨੂੰ ਮੰਨਦੇ ਨਹੀਂ ਕਿਉਂਕਿ ਉਹ ਬਹੁਤ ਵਧੀਆ ਬੰਦੇ ਨੇ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਸਾਡੇ ਗੁਰੂ ਜੀ ਉਹ ਕਹਿੰਦੇ ਨਾ ਸਾਨੂੰ ਐਂ ਨਾ ਕਿਹਾ ਕਰੋ ਤੇ ਉਹਨਾਂ ਨੇ ਇਹੋ ਜਿਹੀ ਬਾਂਹ ਫੜੀ ਆਪਣੀ ਉਦੋਂ ਸਾਨੂੰ ਪ੍ਰਧਾਨ ਜੀ ਨਾਲ ਮਿਲਾਇਆ ਪੀਡੀਐਫ ਦੇ ਪ੍ਰਧਾਨ ਜੀ ਸਦਰਪੁਰਾ ਉਹਨਾਂ ਨੇ ਮਿਲਾਇਆ ਆਪਾਂ ਨੂੰ ਉਦੋਂ ਅਸੀਂ ਮੀਟਿੰਗਾਂ 'ਚ ਜਾਣ ਲੱਗ ਗਏ ਕੋਈ ਮੀਟਿੰਗ ਅਸੀਂ ਸਲਿੱਪ ਨਹੀਂ ਕਰਦੇ ਹਰੇਕ ਹਰ ਮਹੀਨੇ ਦੀ ਜਿਹੜੀ ਮੀਟਿੰਗ ਹੁੰਦੀ ਹੈ ਪੀਡੀਐਫ ਦੇ ਨਾਲ ਤੇ ਤਾਂ ਕਰਕੇ ਅਸੀਂ ਉੱਥੇ ਜਾਣ ਲੱਗ ਗਏ ਜਿਹੜਾ ਪੀਡੀਐਫ ਨੇ ਅੱਜ ਵੀ ਜੁੜਦਾ ਜਾਂ ਕੱਲ ਨੂੰ ਜੁੜੂਗਾ ਜਿਹੜਾ ਪੀਡੀਐਫ ਤੋਂ ਬਿਨਾਂ ਡੈਰੀ ਫਾਰਮ ਕਰੂਗਾ ਉਹ ਮੈਨੂੰ ਨਹੀਂ ਲੱਗਦਾ ਕਾਮਯਾਬ ਹੋਊਗਾ ਕਿਉਂਕਿ ਉਹ ਬੰਦਾ ਕਦੀ ਫੇਲ ਨਹੀਂ ਹੁੰਦਾ ਜਿਹੜਾ ਪੀਡੀਐਫ ਨਾਲ ਜੁੜਦਾ ਕਿਉਂਕਿ ਜਿਹੜੀਆਂ ਅਪਕਮਿੰਗ ਇਨ ਫਿਊਚਰ ਦੇ ਵਿੱਚ ਡਿਸੀਜ਼ਸ ਵਗੈਰਾ ਆਉਂਦੀਆਂ ਨੇ ਪ੍ਰੋਬਲਮਸ ਆਉਂਦੀਆਂ ਨੇ ਉਹ ਪਹਿਲਾਂ ਹੀ ਉਹ ਸ਼ੇਅਰ ਕਰਦੇ ਨੇ ਕਿੱਦਾਂ ਕਰ ਹੈਂਡਲ ਕਰਨਾ ਹੈ ਡਾਕਟਰ ਆਉਂਦੇ ਨੇ ਉਹਨਾਂ ਕੋਲੇ ਸਾਰੇ ਉੱਥੇ ਮਹੀਨੇਵਾਰੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਹਰ ਚੀਜ਼ ਦੱਸਦੇ ਚੀਜ਼ ਆ ਨਹੀਂ ਆ ਚੀਜ਼ ਨਹੀਂ ਆਏ ਉਹ ਚੀਜ਼ਾਂ ਨੂੰ ਆਪਾਂ ਨੂੰ ਬਹੁਤ ਅੱਗੇ ਲੈ ਕੇ ਜਾਂਦੇ ਤੇ ਤੁਸੀਂ ਬਾਈ ਫਿਰ ਕਿੰਨੀਆਂ ਕਲਾਸਾਂ ਕਲੂਸਾਂ ਲੈਣਾ ਉਹ ਵੀ ਦੱਸੋ ਸਾਰਾ ਕਿਵੇਂ ਅਸੀਂ ਵੀਰੇ ਫਿਰ ਜਦੋਂ ਮਨ ਬਣ ਗਏ ਇੱਥੇ ਆ ਗਏ ਫਿਰ ਅਸੀਂ ਡੈਰੀ ਵਿਕਾਸ ਬੋਰਡ ਨਾਲ ਕਨੈਕਟ ਕੀਤਾ ਬਠਿੰਡੇ ਤੇ 28 ਫਰਵਰੀ ਨੂੰ ਸਾਡੀ ਪਹਿਲੀ ਕਲਾਸ ਸੀਗੀ 28 ਫਰਵਰੀ ਉੱਥੇ ਸਰਦੂਰਗੜ੍ਹ ਫਰੇਜ਼ ਟ੍ਰੇਨਿੰਗ ਲੈ ਲਈ ਸੀ 2 ਹਫ਼ਤਿਆਂ ਦੀ ਫਿਰ ਅਸੀਂ ਨਾਲ ਨਾਲ ਸਟਾਰਟ ਕਰ ਲਿਆ ਜੀ ਫਾਰਮਾਂ ਦੇ ਵਿੱਚ ਆਪਾਂ ਗਾਈਆਂ ਲਿਆਂਦੀਆਂ 5 ਕੁ ਗਾਈਆਂ ਲੈ ਲਈਆਂ ਆਪਾਂ ਤੇ ਫਿਰ ਜਾ ਕੇ ਜੂਨ ਦੇ ਵਿੱਚ ਫਿਰ ਮਨ ਕਰਿਆ ਵੀ ਆਪਾਂ ਹੋਰ ਵਧਾਈ ਕੇ 10 ਕੁ ਕਰ ਲਈਆਂ ਸੀ ਠੀਕ ਹੈ ਜਿੰਨੇ ਕੁ ਚੱਲ ਕੋਲੇ 4 ਪੈਸੇ ਜੋੜੇ ਹੋਏ ਸੀਗੇ ਉਨੇ ਕੁ ਦਿਨ 10 ਕਰ ਲਈਆਂ ਉਦੋਂ ਬਾਅਦ ਓਲੰਪਿਕਸ ਕਿੰਨ ਆ ਗਏ ਉਹਦੇ ਵਿੱਚ 5 ਮਰ ਗਈਆਂ ਆਪਣੀਆਂ ਅੱਛਾ ਪਰ ਉਦੋਂ ਟੈਨਸ਼ਨ ਪੈ ਗਈ ਦਿਮਾਗ ਤੇ ਉਹ ਆਖਣ ਵੀ ਤੁਹਾਨੂੰ ਆਖਿਆ ਸੀ ਤੁਸੀਂ ਪੈਸੇ ਵੀ ਖਰਾਬ ਕਰ ਲਏ ਨਾ ਤੁਸੀਂ ਬਾਹਰ ਨਹੀਂ ਗਏ ਮੈਨੂੰ ਆਖਿਆ ਯਾਰ ਵੀ ਇਹ ਤਾਂ ਬਿਮਾਰੀ ਆਉਂਦੀ ਚੱਲਦੀ ਰਹਿੰਦੀ ਹੈ ਬਿਜ਼ਨਸ ਕਿਹੋ ਜਿਹਾ ਹੁੰਦਾ ਕਈ ਵਾਰ ਤਾਂ ਐਂ ਹੁੰਦਾ ਵੀ ਜਮਾਂ ਅਪ ਵਗ ਜਾਂਦਾ ਕਈ ਵਾਰ ਥੱਲੇ ਵੀ ਆ ਜਾਂਦਾ ਵੀ ਆਪਣਾ ਬਿਜ਼ਨਸ ਨਹੀਂ ਮਾੜਾ ਇਹ ਚੱਲ ਇੱਕ ਹਵਾਈ ਸੀ ਆਪਾਂ ਨੂੰ ਹੁਣ ਕਰੋਨਾ ਹੋਈ ਗਈ ਸੀ ਕਿੰਨੇ ਲੋਕ ਮਰੀ ਗਏ ਬਿਲਕੁਲ ਮੈਂ ਕਿਹਾ ਇਹ ਆਪਾਂ ਟੈਨਸ਼ਨ ਵਾਲੇ ਲੋਕਾਂ ਨੇ ਬਥੇਰਾ ਕੁਛ ਕਿਹਾ ਬਾਈ ਵੀ ਐਂ ਹੋ ਜੂਗਾ ਜੀ ਵੋ ਹੋ ਜੂਗਾ ਜੋ ਹੋ ਜੇ ਇਹਨਾਂ ਨੇ ਮਰ ਜਾਣਗੀਆਂ ਸਾਰੀਆਂ ਠੀਕ ਹੈ ਇਹ ਰਹਿੰਦੀਆਂ ਨਹੀਂ ਹੁੰਦੀਆਂ ਇਹ ਰਹਿੰਦੇ ਮਤਲਬ ਵੀ ਆਪਾਂ ਕਹਿੰਦੇ ਵੀ ਵੀ ਮਤਲਬ ਵੀ ਆਪਾਂ ਏਆਈ ਕਰਦੇ ਆ ਉਸ ਤੋਂ ਬਾਅਦ ਕੀ ਯਾਰ ਵਿੱਚ ਮਤਲਬ ਪ੍ਰੈਗਨੈਂਟ ਨਹੀਂ ਹੁੰਦੀਆਂ ਆਪਾਂ ਕਹਿ ਦਿੰਦੇ ਆ ਵੀ ਰਹਿੰਦੀਆਂ ਕਹਿੰਦੇ ਪੰਜਾਬੀ ਚ ਉਹਦਾ ਵੀ ਨਾ ਇੱਕ ਰੀਜ਼ਨ ਹੁੰਦਾ ਕਿਉਂਕਿ ਜਿਹੜੀਆਂ ਹੁਣ ਆਪਣੀਆਂ ਮਤਲਬ ਜਾਂ ਵੀ ਮੱਕੀ ਜੋ ਵੀ ਆਪਾਂ ਬੀਜਦੇ ਆ ਇਹਨਾਂ ਦੇ ਚਾਰੇ ਲਈ ਹਨਾ ਉਹ ਆਪਣੀ ਕੈਮੀਕਲ ਜ਼ਿਆਦਾ ਪਾਉਂਦੇ ਆ ਉਹਦੇ ਵਿੱਚ ਆਪਣੀ ਧਰਤੀ ਐਵੇਂ ਦੀ ਹੋਈ ਪਈ ਆ ਉਹਦੇ ਵਿੱਚੋਂ ਜਿਹੜੇ ਐਲੀਮੈਂਟਸ ਆਪਾਂ ਨੂੰ ਚਾਹੀਦੇ ਨੇ ਇਹਨਾਂ ਲਈ ਹਨਾ ਉਹ ਮਿਲਦੇ ਨਹੀਂ ਆ ਜਿਵੇਂ ਮੈਰਿਨ ਮੈਕਚਰ ਆਪਾਂ ਨੂੰ ਡੇਲੀ ਰੂਟੀਨ ਚ ਪਾਉਣਾ ਚਾਹੀਦਾ ਉਹ ਆਪਾਂ ਪਾਉਣੇ ਆ ਜੀ ਟੀਕਾ ਲਾਉਣ ਦੇ ਸੀ ਨਾ ਬੜੇ ਨੌਲੇਜ ਸੀ ਫਿਰ ਅਸੀਂ ਸਰਦੂਰਗੜ੍ਹ ਫਿਰ ਗਏ ਫਿਰ ਉਦੋਂ ਪੰਜਾਬ ਸਰਕਾਰ ਨੇ ਨਵੀਂ ਸਰਕਾਰ ਜਦੋਂ ਆਈ ਇਹਨਾਂ ਨੇ ਫਿਰ ਕੋਰਸ ਖੋਲਤੇ ਵੀ ਜਿਹੜੇ ਪਹਿਲਾਂ ਪੁਰਾਣੇ ਕੋਰਸ ਹੁੰਦੇ ਹੁੰਦੇ ਸੀ ਮਹੀਨੇ ਦੇ 4 ਹਫ਼ਤਿਆਂ ਦਾ ਵੀ ਏਆਈ ਦਾ ਕੋਰਸ ਹੁੰਦਾ ਹੁੰਦਾ ਸੀਗਾ ਵੀ ਮਹੀਨਾ ਟ੍ਰੇਨਿੰਗ ਦਿੰਦੇ ਸੀ ਉਹ 15 ਕੁ ਦਿਨ 20 ਕੁ ਦਿਨ ਪੜ੍ਹਾਉਂਦੇ ਸੀਗੇ 10 ਕੁ ਦਿਨ ਨਾਲ ਮਤਲਬ ਕਿਸੇ ਗਊਸ਼ਾਲਾ ਚ ਲੈ ਜਾਂਦੇ ਸੀਗੇ ਪਹਿਲਾਂ ਥਿਉਰੀ ਕਰਵਾਉਂਦੇ ਸੀ ਬਾਅਦ ਚੋਂ ਪ੍ਰੈਕਟੀਕਲ ਵੀ ਪ੍ਰੈਕਟੀਕਲ ਕਰਾਉਂਦੇ ਗਊਸ਼ਾਲਾ ਚ ਲੈ ਜਾ ਕੇ ਪਰ ਅਸੀਂ ਦੋਨੇ ਜਾਂਦੇ ਰਹੇ ਇਹ ਦੋਨਾਂ ਨੇ ਏਆਈ ਸਿੱਖੀ ਉਹ ਸਾਰੀਆਂ ਕਲਾਸਾਂ ਹਾਂ ਸਾਰੀਆਂ ਕਲਾਸਾਂ ਲਾਈਆਂ ਫਿਰ ਅਸੀਂ ਲੋਨ ਪਾਸ ਕਰਾਇਆ ਆਪਦਾ ਕਿੰਨਾ ਲੋਨ ਕਰਾਇਆ ਬਾਈ ਆਪਾਂ ਬਾਈ ਕਰਾਇਆ ਗਿਆ ਇਹਦੇ ਟੋਟਲ ਆਪਣਾ 3 ਕੁ ਲੱਖ ਦੀ ਲਿਮਿਟ ਆ 27 ਕੁ ਲੱਖ ਦਾ ਲੋਨ ਲੈਤਾ 30 ਲੱਖ ਰੁਪਇਆ ਹਾਂਜੀ 2 ਕਿੱਲੇ ਆਪਣੀ ਕੁੜੀ ਜ਼ਮੀਨ ਹੈ ਸਾਰੀ ਹਾਂ ਹੁਣ ਜਿਹੜੀ ਇੱਕ ਗੱਲ ਹੋਰ ਆਉਂਦੀ ਆ ਉਹਨਾਂ ਦਾ ਬਾਈ ਦਾ ਹੁਣਾਂ ਦਾ ਵੀ ਆਪਾਂ ਇੰਟਰਵਿਊ ਕਰਿਆ ਹੁਣ ਤੁਸੀਂ 30 ਲੱਖ ਰੁਪਇਆ ਲੋਨ ਲਈ ਬੈਠੇ ਹੋ ਹੁਣ ਬਹੁਤ ਲੋਕਾਂ ਨੇ ਸਵਾਲ ਕਰਨਾ ਗਾ ਵੀ 30 ਲੱਖ ਲੈ ਲਿਆ ਇਹਨਾਂ ਦੇ ਕੋਲੇ ਕੋਈ ਬਾਹਲੀ ਜ਼ਮੀਨ ਹੋਊਗੀ ਤਕੜੇ ਬੰਦੇ ਜਾਂ ਕੁਛ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਕਿੰਨੀ ਕੁ ਪੈਲੀ ਆ 2 ਕਿੱਲੇ ਪੈਲੀ ਆ ਤੁਹਾਡੇ ਕੋਲ 30 ਲੱਖ ਰੁਪਇਆ ਤੁਸੀਂ ਲੋਨ ਲੈ ਲਿਆ ਆਹ ਕਿੱਲੇ ਚ ਫਾਰਮ ਸਾਰਾ ਇਹ ਆਪਣੇ ਕਿੱਲੇ ਚ ਪਾਲਿਆ ਬਾਈ ਇਹ ਕਿੱਲੇ ਚ ਤੁਸੀਂ ਫਾਰਮ ਪਾਲਿਆ ਹਾਂਜੀ ਬਾਈ
ਕਦੋਂ ਤੱਕ ਆ ਜਿਹੜਾ ਜਿਹੜਾ ਹੁਣ ਮੇਨ ਜਿਹੜਾ ਜਿੱਥੇ ਜਾ ਕੇ ਸਾਰਿਆਂ ਦੀ ਗਰਾਰੀ ਖੜ ਜਾਂਦੀ ਆ ਵੀ ਕਦੋਂ ਤੁਹਾਨੂੰ ਲੱਗਦਾ ਗਾ ਵੀ ਉਹ 30 ਲੱਖ ਜਿਹੜਾ ਹੁਣ ਥੋੜੀ 50-60 ਹਜ਼ਾਰ ਕਿਸ਼ਤ ਵੀ ਆਉਂਦੀ ਹੋਊ ਮਹੀਨੇ ਦੀ ਉਹ ਸਾਰਾ ਸਹੀ ਹੋ ਰਿਹਾ ਉਤਰ ਰਿਹਾ ਜਮਾ ਉਤਰ ਰਿਹਾ ਬਈ ਜਮਾ ਉਤਰ ਰਿਹਾ ਤੇ ਪੈਰ ਕਦੋਂ ਕੁ ਲੱਗ ਜਾਣਗੇ ਜੋ ਆਪਾਂ ਕਹਿ ਦਈਏ 3 ਸਾਲਾਂ ਚ ਪਰਿਵਾਰ ਤੋਂ ਦੂਰ ਰਹਿੰਦੇ ਨੇ ਝਿੜਕਾਂ ਸਹਿੰਦੇ ਨੇ ਉੱਥੇ ਲੋਕਾਂ ਦੀਆਂ ਫਿਰ ਉਹ ਮਤਲਬ ਦਿਨ ਰਾਤ ਕੰਮ ਕਰਦੇ ਨੇ ਕਿਵੇਂ ਮਰਦੇ ਨੇ ਕੁੜੀਆਂ ਦੇਖ ਲਓ ਇੱਥੇ ਮਤਲਬ 10-10 ਵਜੇ ਤੱਕ ਨਹੀਂ ਉੱਠਦੀਆਂ ਮੈਂ ਆਪਣੀ ਵੀ ਗੱਲ ਕਰਾਂ ਮੈਂ ਜਦੋਂ ਅਨਮੈਰਿਡ ਸੀ 10 ਵਜੇ ਤੱਕ ਉੱਠਦੀ ਨਹੀਂ ਸੀ ਤੇ ਹੁਣ ਉਹ ਕੁੜੀਆਂ 10-10 ਵਜੇ ਤੱਕ ਉੱਠਦੀਆਂ ਨੇ ਉੱਥੇ ਜਾ ਕੇ 4 ਵਜੇ ਉੱਠਦੀਆਂ ਨੇ ਰਾਤ ਨੂੰ ਸ਼ਿਫਟਾਂ ਲਾਉਂਦੀਆਂ ਨੇ ਇੱਥੇ ਆਪਾਂ ਇਕੱਲੀ ਕੁੜੀ ਨੂੰ ਸ਼ਹਿਰ ਤੱਕ ਨਹੀਂ ਭੇਜਦੇ ਤੇ ਉੱਥੇ ਆਪਾਂ ਕੁੜੀਆਂ ਨੂੰ ਕਿਵੇਂ ਮਤਲਬ ਛੱਡਿਆ ਹੋਇਆ ਪੇਰੈਂਟਸ ਨੂੰ ਫਿਕਰ ਹੁੰਦੀ ਆ ਅੱਧੇ ਲੋਕ ਤਾਂ ਐਵੇਂ ਹਾਰਟ ਦੇ ਪੇਸ਼ੈਂਟ ਹੋ ਗਏ ਕਿ ਉਹਨਾਂ ਦੇ ਬੱਚੇ ਬਾਹਰ ਨੇ ਉਹਨਾਂ ਨੂੰ ਫਿਕਰ ਰਹਿੰਦੀ ਹੈ 24 ਘੰਟੇ ਕਿ ਸਾਡੇ ਬੱਚੇ ਨੇ ਕੁਛ ਖਾਧਾ ਹੈ ਕੁਛ ਪੀਤਾ ਜਾਂ ਨਹੀਂ ਮਤਲਬ ਲੋਕ ਸਟਰਗਲ ਨਹੀਂ ਦੇਖਦੇ ਨਾ ਉਹਦੇ ਪਿੱਛੇ ਸਟਰਗਲ ਤਾਂ ਹੁਣ ਆਪਾਂ ਕੋਈ ਵੀ ਕੰਮ ਕਰਦੇ ਹਾਂ ਆਪਾਂ ਨੂੰ ਕਰਨਾ ਹੀ ਪਊਗਾ ਹਾਰਡ ਵਰਕ ਤਾਂ ਜਿਹੜਾ 30 ਲੱਖ ਰੁਪਏ ਬਾਹਰ ਤੇ ਲਾਵਾਂਗੇ ਜੇ ਆਪਾਂ ਇੱਥੇ ਕਿਸ਼ਤ ਵੀ ਆਪਾਂ ਮਹੀਨੇ ਦੀ ਮੋੜਦੇ ਹਾਂ ਤਾਂ ਵੀ ਆਪਾਂ ਨੂੰ ਜੇ ਮੰਨ ਕੇ ਚਲੋ 100 ਰੁਪਇਆ ਕਮਾਉਣੇ ਆਪਾਂ 100 ਦੇ ਵਿੱਚ ਆਪਾਂ ਨੂੰ 20 ਰੁਪਏ ਬਚਦੇ ਆ ਤਾਂ ਵੀ ਬਹੁਤ ਇਹ ਬਿਜ਼ਨਸ ਦੇ ਵਿੱਚ ਠੀਕ ਹੈ ਬਈ ਜੇ ਆਪਾਂ ਦੁੱਧ ਦਾ ਹਿਸਾਬ ਕਿਤਾਬ ਜੋੜ ਕੇ ਦੇਖ ਲਓ ਉਹਦੇ ਹਿਸਾਬ ਨਾਲ 20% ਕੱਢ ਕੇ ਦੇਖ ਲਓ ਤਾਂ ਵੀ ਇਨਕਮ ਬਹੁਤ ਬਚਦੀ ਬਾਕੀ ਆਪਾਂ ਸਵੇਰੇ ਸ਼ਾਮ ਹੀ ਕੰਮ ਕਰਨਾ ਹੁੰਦਾ 2-3 ਘੰਟੇ ਸਵੇਰੇ 2-3 ਘੰਟੇ ਸ਼ਾਮ ਸਾਰਾ ਦਿਨ ਦੇਖਭਾਲ ਸਾਰਾ ਦਿਨ ਇਹਨਾਂ ਨੇ ਬੈਠੇ ਰਹਿਣਾ ਆਪੇ ਪਾਣੀ ਪੀ ਜਾਣਾ ਠੀਕ ਨਾਲੇ ਤੁਸੀਂ ਆਪਣੇ ਪਰਿਵਾਰ ਚ ਹਾਂਜੀ ਨਾਲੇ ਆਪਣੇ ਪਰਿਵਾਰ ਚ ਨਾਲੇ ਬੱਚੇ ਦੀ ਕੇਅਰ ਕਰਦੇ ਆ ਨਾਲੇ ਸਟੱਡੀ ਵੀ ਕਰ ਰਹੀ ਹਾਂ ਨਾਲੇ ਤੁਸੀਂ ਅੱਗੇ ਜੌਬ ਵੀ ਦੇ ਰਹੇ ਹੋ ਕੋਈ ਰੱਖਿਆ ਵੀ ਹੈ ਮੁੰਡਾ ਹਾਂਜੀ ਮੁੰਡਾ ਰੱਖਿਆ ਹੋਇਆ ਜੀ ਇੱਕ ਰੱਖਿਆ ਹੋਇਆ ਹਾਂ ਫਿਰ ਕੰਮ ਵਧੇ ਜਾਊ ਫਿਰ ਵਧਦੇ ਜਾਣਗੇ ਜੀ ਇਹ ਵੀ ਪਲੱਸ ਪੁਆਇੰਟ ਆ ਪਲੱਸ ਪੁਆਇੰਟ ਆ ਹਾਂਜੀ ਉੱਥੇ ਸਾਰਾ ਉਹਦਾ ਆਪਣਾ ਜੀ ਉਹਨੂੰ ਰੋਟੀ ਪਾਣੀ ਆਪਾਂ ਦੇਣੇ ਉਹਨੇ ਆਈ ਮਹੀਨੇ ਦੇ 10 ਹਜ਼ਾਰ ਉਹਦੇ ਘਰੇ ਪਹੁੰਚ ਜਾਣਾ ਆਪਾਂ ਨੂੰ ਗੂਗਲ ਪੇ ਕਰ ਦੇਣਗੇ ਘਰ ਤੇ ਸਹੇਲੀਆਂ ਨਾਲ ਗੱਲਬਾਤ ਹੁੰਦੀ ਆ ਵੀ ਰਮਨ ਤੂੰ ਇਹ ਕਿਹੜੇ ਬਿਜ਼ਨਸ ਚ ਜਾਂ ਕਿਵੇਂ ਕਿੱਥੋਂ ਕੀ ਹੋ ਰਿਹਾ ਹੈਗਾ ਹਾਂਜੀ ਮੈਨੂੰ ਕਹਿ ਰਹੇ ਨੇ ਕਿ ਤੂੰ ਕਿਹੜਾ ਕਿੱਤਾ ਫੜਿਆ ਹੋਇਆ ਹੈ ਹਨਾ ਕਿ ਤੈਨੂੰ ਤੂੰ ਤਾਂ ਕਦੇ ਮਤਲਬ ਗਾਂ ਦੇ ਸੰਗਲ ਵੀ ਨਹੀਂ ਪਾਇਆ ਸੀਗਾ ਹਨਾ ਤੇ ਤੂੰ ਕਿਵੇਂ ਕਰ ਰਹੀ ਆ ਤੇ ਫਿਰ ਮੈਨੂੰ ਫੀਲ ਹੁੰਦਾ ਵੀ ਹੁਣ ਤੱਕ ਆਪਣੀਆਂ ਮੰਮੀਆਂ ਨੇ ਦਾਦੀਆਂ ਨੇ ਨਾਨੀਆਂ ਨੇ ਇੰਨਾ ਗੋਹਾ ਢੋਇਆ ਰੂੜੀਆਂ ਦੀਆਂ ਰੂੜੀਆਂ ਪਹਾੜ ਲਾਤੇ ਢੋ ਢੋ ਕੇ ਹਨਾ ਕੁਛ ਬਚਿਆ ਨਹੀਂ ਆ ਫਿਰ ਵੀ ਉਹਨਾਂ ਨੂੰ ਕਹਿੰਦੇ ਤੁਸੀਂ ਕੀ ਕਰਦੀ ਹੋ ਸਾਰਾ ਦਿਨ ਵਿਚਾਰੀਆਂ ਗੋਹਾ ਸਿੱਟੀਆਂ ਜਾਂਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਚਿਆਂ ਨੂੰ ਦੇਖ ਲਿਆ ਇਹ ਉਹ ਹਨਾ ਹੁਣ ਮੈਂ ਚਾਹੁੰਦੀ ਹਾਂ ਕਿ ਐਵੇਂ ਮਤਲਬ ਮੇਰੇ ਨਾਲ ਕੁੜੀਆਂ ਜੁੜਨ ਹੋਰ ਵੀ ਹਨਾ ਜਿਵੇਂ ਆਪਾਂ PDF ਨਾਲ ਜੁੜੇ ਹੋਏ ਆ ਤਾਂ PDF ਦੇ ਵਿੱਚ ਮੈਂ ਇੱਕ ਮੰਗ ਕੀਤੀ ਸੀ ਕਿ ਲੇਡੀਜ਼ ਦਾ ਅਲੱਗ ਤੋਂ ਵਿੰਗ ਹੋਣਾ ਚਾਹੀਦਾ ਪ੍ਰਧਾਨ ਸਾਹਿਬ ਨਾਲ ਤੇ ਉਹ ਕਹਿ ਰਹੇ ਸੀ ਕਹਿੰਦੇ ਮਤਲਬ ਤੁਸੀਂ ਕੁੜੀਆਂ ਜੋੜੋ ਆਪਣੇ ਨਾਲ ਕਹਿੰਦੇ ਆਪਾਂ ਬਣਾ ਦਾਂਗੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਹਿੰਦੇ ਆਪਾਂ ਖੁਸ਼ੀ ਹੋਊਗੀ ਵੀ ਜੇ ਕੁੜੀਆਂ ਅੱਗੇ ਆਉਣਗੀਆਂ ਤਾਂ ਹੁਣ ਮੈਂ ਐਵੇਂ ਫੀਲ ਕਰਦੀ ਹਾਂ ਵੀ ਆਪਾਂ ਕੰਮ ਕਰੀਏ ਉਹਨੂੰ ਮਤਲਬ ਇੱਕ ਵਧੀਆ ਢੰਗ ਨਾਲ ਕਰੀਏ ਵੀ ਹਾਂ ਲੋਕਾਂ ਨੂੰ ਲੱਗੇ ਕਿ ਹਾਂ ਇਹ ਕੁਛ ਕਰ ਰਹੀਆਂ ਨੇ ਪਹਿਲਾਂ ਵਾਂਗੂ ਨਾ ਰਹਿ ਜੇ ਵੀ ਜਿਵੇਂ ਆਪਣੀਆਂ ਮੰਮੀਆਂ ਇੰਨਾ ਕੰਮ ਕਰਦੀਆਂ ਸੀ ਫਿਰ ਵੀ ਕਹਿ ਦਿੰਦੇ ਸੀ ਤੂੰ ਘਰੇ ਹੀ ਹੁੰਦੀ ਆ ਸਾਰਾ ਦਿਨ ਕੀ ਕਰਦੀਆਂ ਹਨ ਵੀ ਆਪਣੀ ਇਨਕਮ ਵੀ ਆਵੇ ਆਪਾਂ ਆਪਣੇ ਬੱਚੇ ਦੀ ਕੇਅਰ ਵੀ ਕਰੀਏ ਆਪਾਂ ਸਟੱਡੀ ਵੀ ਕਰੀਏ ਆਪਾਂ ਆਪਣਾ ਘਰ ਬਾਰ ਵੀ ਦੇਖੀਏ ਆਪਣੀ ਫੈਮਿਲੀ ਵੀ ਦੇਖੀਏ ਨਾਲੇ ਆਪਾਂ ਪੰਜਾਬ ਚ ਰਹੀਏ ਨਾ ਪੰਜਾਬ ਹਾਂਜੀ ਨਾਲੇ ਮੇਨ ਗੱਲ ਆਪਣੀ ਜਿੱਥੇ ਕਹਿੰਦੇ ਹੁੰਦੇ ਆ ਇੱਕ ਦਰਖਤ ਜੇ ਆਪਦੀਆਂ ਜੜਾਂ ਤੇ ਖੜਾ ਹਨਾ ਜਿੱਥੇ ਉਹ ਛੋਟਾ ਮਤਲਬ ਲਾਇਆ ਸੀਗਾ ਉੱਥੇ ਵੱਡਾ ਹੁੰਦਾ ਤਾਂ ਉਹ ਜ਼ਿਆਦਾ ਫਲ ਫੁੱਲ ਦਿੰਦਾ ਹਨਾ ਵੱਧਦਾ ਫੁੱਲਦਾ ਜੇ ਉਹਨੂੰ ਪੱਟ ਕੇ ਆਪਾਂ ਹੋਰ ਕਿਤੇ ਲੈ ਕੇ ਜਾਵਾਂਗੇ ਹੋ ਸਕਦਾ ਉਹ ਖੜਾ ਰਹਿ ਜੇ ਹਰਾ ਵੀ ਹੋ ਜੇ ਪਰ ਉਹ ਫਲ ਫੁੱਲ ਨਹੀਂ ਦਊਗਾ ਉਹਨੇ ਤੇ ਤੁਹਾਡੇ ਨਾਲ ਹੁਣ ਫਿਰ ਕੁੜੀਆਂ ਜੁੜ ਰਹੀਆਂ ਨੇ ਹਾਂਜੀ ਮੇਰੇ ਨਾਲ ਬਹੁਤ ਕੁੜੀਆਂ ਜੁੜ ਰਹੀਆਂ ਨੇ ਕਈ ਕੁੜੀਆਂ ਤੇ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਮਤਲਬ ਫੋਰਨ ਜਾਣ ਦਾ ਬਣਾ ਰੱਖਿਆ ਸੀ ਮਤਲਬ ਆਪਣੀ ਫੀਸ ਵਗੈਰਾ ਵੀ ਫਿਲ ਕੀਤੀ ਹੋਈ ਸੀ ਉਹਨਾਂ ਨੇ ਉਹ ਵੀ ਵਾਪਸ ਕਰਵਾਉਣ ਲਈ ਐਪਲੀਕੇਸ਼ਨ ਵਗੈਰਾ ਦੇ ਦਿੱਤੀਆਂ ਨੇ ਉਹ ਕਹਿੰਦੇ ਵੀ ਫਾਰਮ ਹੀ ਕਰ ਜਾਣਾ ਨਹੀਂ ਅਸੀਂ ਫਾਰਮ ਨਹੀਂ ਕਰਨਾ ਇੱਕ ਕੁੜੀਆਂ ਨੇ ਮਿਲ ਕੇ ਵੀ ਗਿਆ ਕਿ ਸਾਨੂੰ ਮੇਲੇ ਚ ਵੀ ਮਿਲੀਆਂ ਨੇ ਉਹਨੂੰ ਪਤਾ ਲੱਗੇ ਵੀ ਹਾਂਜੀ ਮੇਲੇ ਚ ਆਏ ਹੋਏ ਆ ਗੱਲ ਕਰੀ ਸਾਡਾ ਲੁਧਿਆਣੇ ਏਰੀਏ ਦੀ ਸੀਗੀਆਂ ਤੇ ਕੁਝ ਮਾਨਸਾ ਕੁੜੀਆਂ ਨੇ ਵੀ ਜੁੜੀਆਂ ਵੀ ਪਾਇਲ ਸਾਈਡ ਦੀਆਂ ਵੀ ਨੇ ਨਾਲ ਜੁੜੀਆਂ ਵੀ ਕਾਫੀ ਗੱਲ ਕਰਦਾ ਨੇ ਨਾ ਹੁਣ ਪਿਛਲੀ ਵਾਰ ਤੁਸੀਂ ਮੇਲੇ ਚ ਤੁਸੀਂ ਵੀ ਗਏ ਸੀ ਤੁਸੀਂ ਦੇਖਿਆ ਨਾ PDF ਦਾ ਮੇਲਾ ਉੱਥੇ ਮੈਂ ਰਿੰਗ ਦੇ ਵਿੱਚ ਇਕੱਲੀ ਕੁੜੀ ਸੀ ਗਾਣ ਲੱਗ ਗਈ ਸੀ ਉਦਾਂ ਦੇਖਣ ਵਾਸਤੇ ਵੀ ਬਹੁਤ ਘੱਟ ਲੇਡੀਜ਼ ਦਿਖਦੀਆਂ ਸੀ ਕੋਈ ਟਾਵੀ ਟਾਵੀ ਦਿਖਦੀ ਸੀ ਨਾ ਤੇ ਮੈਨੂੰ ਬਾਅਦ ਚੋਂ ਕਮੈਂਟਸ ਆਏ ਕਈਆਂ ਦੇ ਫੋਨ ਵੀ ਆਏ ਕਿ ਤੁਸੀਂ ਮਤਲਬ ਕੀ ਕਰ ਰਹੀ ਆ ਤੂੰ ਹਨਾ ਇੰਨੇ ਮੁੰਡਿਆਂ ਦੇ ਵਿੱਚ ਇੰਨੇ ਬੰਦਿਆਂ ਦੇ ਵਿੱਚ ਤੂੰ ਇਕੱਲੀ ਕਿਵੇਂ ਖੜੀ ਆ ਪਹਿਲਾਂ ਤਾਂ ਮੈਨੂੰ ਵੀ ਫੀਲ ਹੋਇਆ ਸੀਗਾ ਕਿ ਇੰਨੇ ਲੋਕ ਨੇ ਪਰ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਮੈਨੂੰ ਐਵੇਂ ਲੱਗਿਆ ਕਿ ਇੱਥੋਂ ਤਾਂ ਸੇਫ ਜਗ੍ਹਾ ਕੋਈ ਹੋਰ ਹੈ ਹੀ ਨਹੀਂ ਕਿਉਂਕਿ ਉੱਥੇ ਜਿਹੜੇ ਵੀ ਲੋਕ ਆਏ ਹੋਏ ਸੀ ਉਹ ਕੁਛ ਨੌਲੇਜ ਇਕੱਠੀ ਕਰਨ ਵਾਸਤੇ ਆਏ ਹੋਏ ਸੀਗੇ ਕੰਮ ਵਾਲੇ ਲੋਕ ਆਏ ਸੀ ਕੋਈ ਲੋਫਰ ਬੰਦਾ ਉੱਥੇ 2 ਮਿੰਟ ਖੜ ਵੀ ਨਹੀਂ ਸਕਦਾ ਬਿਲਕੁਲ
ਹਾਂਜੀ ਤਾਂ ਮੈਂ ਮੇਰਾ ਉਹਨਾਂ ਨੂੰ ਜਵਾਬ ਇਹੀ ਸੀਗਾ ਕਿ ਤੁਸੀਂ ਆਓ ਮੇਰੇ ਨਾਲ ਖੜੋ ਅਗਲੀ ਵਾਰ ਹੁਣ ਮੈਂ ਗਈ ਹਾਂ ਅਗਲੀ ਵਾਰ ਮੇਰੇ ਨਾਲ ਦੋ ਕੁੜੀਆਂ ਹੋ ਸਕਦਾ ਪੰਜਾਬ ਤੋਂ ਨਾ ਹਰਿਆਣੇ ਤੋਂ ਆ ਜਾਣ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਮੈਂ ਕੰਪੀਟੀਸ਼ਨ ਲੜਾਂ ਤਾਂ ਮੇਰੇ ਸਾਹਮਣੇ ਕੋਈ ਆਪੋਜ਼ਿਟ ਹੋਵੇ ਵੀ ਕੁੜੀ ਵੀ ਹੋਵੇ ਨਾ ਤਾਂ ਸਾਡਾ ਹੁਣ ਇਹ ਡੇਅਰੀ 'ਚ ਵੀ ਐਵੇਂ ਹੀ ਹੁੰਦਾ ਸਾਡਾ ਘਰੇ ਫਾਰਮ 'ਚ ਕਿ ਇੱਕ ਮੇਰੀ ਗਾਂ ਹੈਗੀ ਗਲੈਕਸੀ ਵਾਲੀ ਇਹਨਾਂ ਦੀ ਹੈਗੀ ਲਿਵਰੋਨ ਸੀਵਨ ਦੀ ਸਾਡਾ ਦੋਨਾਂ ਦਾ ਕੰਪੀਟੀਸ਼ਨ ਚੱਲ ਰਿਹਾ ਰੱਖਿਆ ਉਹਨੂੰ ਇਹ ਇਨਵਾਸ ਨਾਲ ਕਰਦੇ ਉਹਦੀ ਮੈਂ ਕਰਦਾ ਮੈਂ ਕਿਹਾ ਦੇਖਾਂਗੇ ਦੁੱਧ ਕੌਣ ਵੱਧ ਕੱਢਦਾ ਹੈਗਾ ਹਾਂਜੀ ਇਹਨੇ ਇੱਕ ਦੇ ਜੀ ਗਾਂ ਦੇ ਕੰਪੀਟੀਸ਼ਨ ਦੋਨੇ ਕਰਦੇ ਹੁੰਦੇ ਆ ਦੇਖਾਂਗੇ ਆਪਾਂ ਵੀ ਕੌਣ ਵੱਧ ਸੋਹਣੀ ਤੋਰ ਕੇ ਵੀ ਉੱਥੇ ਕੰਪੀਟੀਸ਼ਨ 'ਚ ਖੜਨਾ ਵੀ ਹੁੰਦਾ ਗਾਂ ਖੜਾਉਣੀ ਹੁੰਦੀ ਆ ਆਪਾਂ ਉਵੇਂ ਵੀ ਅਸੀਂ ਤਿਆਰੀ ਅੱਜ ਤੋਂ ਕਰਨ ਲਈ ਸਟਾਰਟ ਕਰਤੀ ਸਾਲ ਹਾਲੇ ਪਿਆ ਗਾ 10 ਦਿਨ ਹੋਏ ਨੰਗੇ ਮੇਲੇ ਨੂੰ ਅੱਜ ਤੋਂ ਤਿਆਰੀ ਸਟਾਰਟ ਕਰਤੀ ਇੱਕ ਗੱਲ ਬਾਈ ਹੋਰ ਆ ਨਿਕਲ ਕੇ ਸਾਹਮਣੇ ਆਉਂਦੀ ਜਿਵੇਂ ਹੁਣ ਤੁਸੀਂ ਲੋਨ ਕਰਾਇਆ ਗਾ ਹਾਂਜੀ ਬਾਈ ਹੁਣ ਲੋਨ ਵੀ ਸੌਖਾ ਨਹੀਂ ਹੁੰਦਾ ਬਹੁਤ ਪਕਾਈ ਕਰਨੀ ਪੈਂਦੀ ਆ ਮੀਟਰ ਲਵਾਉਣਾ ਗਾ ਕਨੈਕਸ਼ਨ ਲਵਾਉਣਾ ਤਾਂ ਵੀ ਬਹੁਤ ਪਕਾਈ ਕਰਨੀ ਪੈਂਦੀ ਆ ਸਾਡੀ ਖੁਦ ਹੀ ਆਪਦੀ ਹਾਂ ਮੈਂ ਉਹ ਚੀਜ਼ ਬਾਰੇ ਜ਼ਰੂਰ ਦੱਸਣਾ ਚਾਹੂੰਗਾ ਦੱਸੋ ਤੁਸੀਂ ਲੋਕਾਂ ਨੂੰ ਵੀ ਕਿਵੇਂ ਆ ਉਹ ਸਾਰਾ ਸਿਸਟਮ ਕਿਉਂਕਿ ਬਹੁਤ ਸਾਰੇ ਲੋਕ ਹੁਣ ਘਰੋਂ ਹੀ ਨਹੀਂ ਉੱਠਦੇ ਉਹ ਕਹਿੰਦੇ ਯਾਰ ਇਹਦਾ ਇੰਨਾ 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 ਵੱਡਾ ਜੋ 30 ਲੱਖ ਸੁਣ ਲਿਆ ਵੀ ਪਤਾ ਨਹੀਂ ਯਾਰ ਕਿਵੇਂ ਹੋਊਗਾ ਜਿਹਦੇ ਕੋਲ ਬਾਈ ਅੱਧਾ ਕਿੱਲਾ ਜ਼ਮੀਨ ਦੇ ਜਾਂ 2 ਕਰਾਣਾ ਨੇ ਹਾਂ ਉਹਨਾਂ ਦਾ ਵੀ ਹੋ ਸਕਦਾ ਲੋਨ ਇੱਕ ਸਟੈਂਡ ਅਪ ਇਸ ਇੰਡੀਆ ਸਕੀਮ ਹੁੰਦੀ ਆ ਠੀਕ ਹੈ ਇਹ ਹੁੰਦੀ ਆ ਮੰਨ ਕੇ ਚੱਲੋ ਜਿਹਨੇ ਲੋਨ ਕਰਾਉਣਾ 10 ਲੱਖ ਤੋਂ ਉੱਪਰ ਹਾਂ 10 ਲੱਖ ਤੋਂ ਉੱਤੇ 1 ਰੁਪਿਆ ਵੀ ਵੱਗਾ ਉਹ ਸਟੈਂਡ ਅਪ ਇੰਡੀਆ ਸਕੀਮ ਚ ਆ ਜਾਂਦੀ ਆ 25% ਉਹ ਸਬਸਿਡੀ ਵੀ ਉਹ ਸਬਸਿਡੀ ਆਏ ਤਾਂ ਹੈ ਨਹੀਂ ਵੀ ਆਪਾਂ ਲੋਨ ਲੈ ਲਿਆ ਆਪਾਂ ਨੂੰ ਸਾਰੇ ਖਾਤੇ ਚ ਆਉਣਗੇ ਆਏ ਨਹੀਂ ਆਉਂਦੇ ਬੈਂਕ ਉਹਦੇ ਵਿੱਚ ਵੈਰੀਫਾਈ ਕਰਦੇ ਆ ਆਪਦੀ ਇਨਕੁਆਰੀ ਕਰਦੀ ਆ ਬੈਂਕ ਦੇ ਜਿਹੜੇ ਅਫਸਰ ਨੇ ਉਹ 1-3-4 ਇਨਕੁਆਰੀਆਂ ਕਰਦੇ ਆ ਉਹ ਫੇਰ ਬਾਅਦ ਲੋਨ ਕਰਦੇ ਨੇ ਵੀ ਹਾਂ ਇਹ ਵਾਕਈ ਬੰਦਾ ਡੇਅਰੀ ਲਈ ਲੋਨ ਲੈ ਰਿਹਾ ਵੀ ਜੇ ਡੇਅਰੀ ਕਰ ਰਿਹਾ ਸਟੈਂਡ ਅਪ ਇੰਡੀਆ ਸਕੀਮ ਉਹਨਾਂ ਦੀ ਹੀ ਪਾਸ ਹੁੰਦੀ ਹੈ ਜਿਨ੍ਹਾਂ ਦਾ ਪਹਿਲੀ ਡੇਅਰੀ ਦੇ ਵਿੱਚ ਵਧੀਆ ਉਹਦਾ ਚੱਲਦਾ ਜਾਂ ਕਿਸੇ ਕੰਪਨੀ ਨੂੰ ਬੇਰਕਾ ਨੂੰ ਲਾ ਲਓ ਨੈਸਲੇ ਨੂੰ ਬਾਨੀ ਨੂੰ ਜਾਂ ਕਿਸੇ ਨੂੰ ਵੀ ਉਹ ਤੋਂ ਪਾ ਰਿਹਾ ਵੀ ਸਟੇਟਮੈਂਟ ਹੈਗੀ ਆ ਬੰਦੇ ਕੋਲੇ ਵੀ ਹਾਂ ਇਹ ਕਰ ਰਿਹਾ ਠੀਕ ਹੈ ਇਹ ਜ਼ਮੀਨ ਨਾਲ ਨਹੀਂ ਹੁੰਦਾ ਵੀ ਜੇ ਜ਼ਮੀਨ ਬੰਦੇ ਕੋਲ 10 ਕਿੱਲੇ ਉਹਨੂੰ ਤਾਂ ਲੋਨ ਮਿਲ ਹੀ ਜਾਣਾ ਵੀ 1 ਕਰੋੜ ਨੂੰ ਕਿੱਲਾ ਹੈਗਾ ਜਾਂ ਉਹ ਨਹੀਂ ਉਹ ਵੀ ਬੰਦਾ ਜੇ ਡੇਅਰੀ ਆ ਲਾਉਣਾ ਵੀ ਡੇਅਰੀ ਕਰ ਰਿਹਾ ਵੀ ਇਹ ਫਾਰਮ ਕਰ ਰਿਹਾ ਉਹਦਾ ਵੀ ਕਰੂਗਾ ਕਿ ਨਹੀਂ ਕਰੂਗਾ ਉਹਦੇ ਵਿੱਚ ਹੁੰਦਾ ਹੈ ਕਲੀਅਰ ਜੇ ਇਨਕੁਆਰੀ ਕਰਦੇ ਇੱਕ ਹੁੰਦੀ ਹੈ ਮੁਦਰਾ ਸਕੀਮ ਉਹ 10 ਲੱਖ ਤੋਂ ਨੀਚੇ ਹੁੰਦੀ ਮੁਦਰਾ ਯੋਜਨਾ ਉਹ ਜਿਹਦੇ ਕੋਲੇ ਮਤਲਬ ਐਨੀਮਲ ਹੈ ਵੀ ਨਹੀਂ ਆ ਸਟਾਰਟ ਕਰਨਾ ਜਿਹੜਾ ਉਹ ਕਰ ਸਕਦਾ ਹੈ ਹੁਣ ਤਾਂ ਆਪਾਂ ਪੰਜਾਬ ਸਰਕਾਰ ਵੀ ਸਬਸਿਡੀ ਦੇ ਰਹੀ ਆ ਉਹਦੇ ਵਿੱਚ ਪੰਜਾਬ ਸਰਕਾਰ ਨੇ ਆਪਾਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਤੇ ਕੋ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਇਹ ਸਰਕਾਰ ਨੇ ਵਧੀਆ ਆਪਾਂ ਨੂੰ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ 2 ਪਸ਼ੂ ਲੈ ਲਓ 4 ਲੈ ਲਓ 6 ਲੈ ਲਓ 8 ਲੈ ਲਓ ਜਿੰਨੇ ਮਰਜ਼ੀ ਲੈ ਲਓ 20 ਪਸ਼ੂਆਂ ਤੱਕ ਸਬਸਿਡੀ ਕਰਤੀ ਪਸ਼ੂ ਲੈਣੇ ਪੈਣਗੇ ਆਪਣੇ ਖਾਤੇ 'ਚ ਪੈਸੇ ਨਹੀਂ ਆਉਂਦੇ ਜੀ ਤੋਂ ਪਸ਼ੂ ਖਰੀਦਦੇ ਨੇ ਉਹਦੇ ਖਾਤੇ 'ਚ ਜਾਓ ਐਫੀਡੇਵਿਟ ਲੱਗੂਗਾ ਹਾਂ ਵੀ ਆਣੇ ਮੈਂ ਤਾਂ ਪਸ਼ੂ ਖਰੀਦੇ ਆ ਹਾਂ ਹੁਣ ਮੈਨੂੰ ਇੱਕ ਗੱਲ ਦੱਸੋ ਜਿਵੇਂ ਹੁਣ ਇਹ ਸਾਰਾ ਸਿਸਟਮ ਆ ਜਿਵੇਂ ਚਲੋ ਤੁਸੀਂ 10 ਗਾਵਾਂ ਕਰ ਲਈਆਂ ਹੁਣ ਤੁਸੀਂ ਉਦੋਂ ਵੱਧ ਕਰਨਾ ਗਾ ਸਿਸਟਮ ਤੁਸੀਂ ਨੈਸਲੇ ਨੂੰ ਜਾਂ ਅਮਰੀਕਾ ਨੂੰ ਜਾਂ ਕਿਸੇ ਵੀ ਵੱਡੀਆਂ ਕੰਪਨੀਆਂ ਨੂੰ ਤੁਸੀਂ ਪਾ ਰਹੇ ਹੋ ਉਹਨੂੰ ਭੁੱਲ ਕੇ ਹਾਂਜੀ ਹਾਂਜੀ ਜੇ ਕਿਸੇ ਹੋਰ ਬੰਦੇ ਨੇ ਜਿਹਦੇ ਕੋਲੇ ਜ਼ਮੀਨ ਵੀ ਨਹੀਂ ਜਾਂ ਕਿਵੇਂ ਵੀ ਜਿਵੇਂ ਤੁਸੀਂ ਇਹ ਸਕੀਮਾਂ ਦੱਸ ਰਹੇ ਹੋ ਜਿਹਨੇ ਸੋਚਣਾ ਹੋਵੇ ਵੀ ਮੈਂ ਤਾਂ ਯਾਰ 2 ਗਾਵਾਂ ਰੱਖੂ 2 ਹੀ ਮੈਂ ਸਾਂਭ ਸਕਦਾ ਮੇਰੇ ਘਰੇ ਥੋੜੀ ਜਗ੍ਹਾ ਗੀ ਉਹਦੇ 'ਚ ਸਾਂਭ ਕੇ ਮੈਂ ਤਾਂ ਦੁੱਧ ਡੇਅਰੀ ਪਾ ਸਕਦਾ ਜਾਂ ਮੈਂ ਸ਼ਹਿਰ 'ਚ ਜਾ ਕੇ ਚੱਕ ਕੇ ਮੋਟਰਸਾਈਕਲ ਸ਼ਹਿਰ 'ਚ ਉਹਦੇ 'ਚ ਵੀ ਪੂਰਾ ਵਧੀਆ ਮੁਨਾਫਾ ਹੈਗਾ ਚਲੋ ਫਿਊਚਰ ਦੇ ਵਿੱਚ ਆਪਦਾ ਵਧਾ ਵੀ ਸਕਦਾ ਵਧੀਆ ਹੈਗਾ ਹੈਗਾ ਜੀ ਹੈਗਾ ਹੈਗਾ ਜੀ ਉਹ ਜਦੋਂ ਆਏ ਆ ਉਹਦੇ ਵਿੱਚ ਬੰਦੇ ਜੇ ਲੋਨ ਲੈਣਾ ਲੋਨ ਵੀ ਲੈ ਸਕਦਾ ਉਹਦੇ ਵਿੱਚ ਹਾਂ ਪਰ ਜੇ ਸਬਸਿਡੀ ਲੈਣੀ ਆ ਉਹਦੇ ਲਈ ਡੇਅਰੀ ਵਿਕਾਸ ਬੋਰਡ ਤੋਂ ਲੋਨ ਲੈਣਾ ਹੋਇਆ ਉਹ ਆਪਣਾ ਕੋਰਸ ਕਰ ਟ੍ਰੇਨਿੰਗ ਕਰੀ ਹੋਣੀ ਜ਼ਰੂਰੀ ਆ ਜੇ ਲੋਨ ਲੈਣਾਗਾ ਜੇ ਲੋਨ ਲੈਣਾ ਟ੍ਰੇਨਿੰਗ ਕਰਨੀ ਜ਼ਰੂਰੀ ਆ 2 ਹਫ਼ਤੇ ਪਰ ਮੇਰਾ ਸਵਾਲ ਇਹ ਸੀ ਵੀ 2 ਵਾਲਾ ਵੀ ਕਾਮਯਾਬ ਹੋ ਸਕਦਾ ਹੋ ਸਕਦਾ ਥੋੜੇ ਚਲੋ ਥੋੜੀ ਜ਼ਰੂਰ ਇਨਕਮ ਆਉਣੀ ਹੈ ਪਰ ਉਹਦੀ ਆਈ ਚਲਾਈ ਬਹੁਤ ਵਧੀਆ ਜ਼ਿੰਦਗੀ ਹੋ ਸਕਦੀ ਹਾਂਜੀ ਹੋ ਸਕਦੀ ਹੈ ਜੇ ਕਰੂਗਾ ਕੰਮ ਕਰੂਗਾ ਆਪ ਬਾਕੀ ਟ੍ਰੇਨਿੰਗ ਇਹਨਾਂ ਨੂੰ ਕੰਮ ਨਹੀਂ ਕਰਨਾ ਤੜਕੀ ਚਿੱਟੇ ਪਾ ਲੈਣੇ ਆ 2 ਪਸ਼ੂਆਂ ਦੇ ਭੂਆ ਭਈਆ ਰੱਖੂਗਾ ਫਿਰ ਉਹ ਤਾਂ ਨਾ ਕਾਮਯਾਬ ਹੋਵੇ ਅੱਜ ਨਾ ਹੋਵੇ ਕੱਲ ਇੱਕ ਗੱਲ ਬਈ ਉਹਦੇ ਵਿੱਚ ਹੋਰ ਆ ਵੀ ਕਈ ਵਾਰ ਵਿੱਚ ਤਰਾਜ ਵੀ ਕਰ ਜਾਂਦੇ ਤੁਸੀਂ ਇਹ ਗੱਲ ਕਿਉਂ ਕਹੀ ਆ ਜੇ ਉਹ ਰੱਖੂਗਾ 5-7 ਕਿਲੋ ਵਾਲੀ ਗਾਂ ਸ਼ਾਹੀਵਾਲ ਤੇ ਦੇਸੀ ਨਾ ਤਾਂ ਉਹ ਅੱਜ ਕਾਮਯਾਬ ਹੋਵੇ ਤੇ ਨਾ ਹੋਵੇ ਕੱਲ ਇਹ ਲਿਖ ਕੇ ਲੈ ਲੈਣਾ ਮੇਰੀ ਗੱਲ ਠੀਕ ਆ ਨਾ ਵਿੱਚ ਕਹਿ ਦੇਣਗੇ ਵੀ ਸਾਡੀ ਦੇਸੀ ਗਾਂ ਨੂੰ ਤੂੰ ਨਿੰਦਿਆ ਵਿੱਚ ਕਹਿੰਦੇ ਸਾਡੀ ਸਾਹੀਵਾਲ ਨੂੰ ਗਾਂ ਨੂੰ ਤੁਸੀਂ ਨਿੰਦਤਾ ਉਹ ਨਾ ਕਾਮਯਾਬ ਹੋਵੇ ਅੱਜ 5-7 ਕਿਲੋ ਵਾਲੀ ਗਾਂ ਨਾ ਹੋਵੇ ਕੱਲ ਜਿਹੜਾ ਬੰਦਾ ਪੀਡੀਐਫ ਨਾਲ ਜੁੜਦਾ ਨਹੀਂ ਕਿਉਂਕਿ ਉਹਨਾਂ ਦੀ ਮਿਲਕੀ ਨਾ ਜਿੰਨਾ ਚਿਰ ਐਚਐਫ ਗਾਂ ਰੱਖਦਾ ਨਹੀਂਗਾ ਉਹਨਾਂ ਚਿਰ ਬੰਦਾ ਕਾਮਯਾਬ ਨਹੀਂ ਹੁੰਦਾ ਹਾਂ 25 ਲੀਟਰ ਤੋਂ ਸਟਾਰਟ ਕਰ ਲੈ 20 ਲੀਟਰ ਤੋਂ ਸਟਾਰਟ ਕਰ ਲੈ ਮੇਰਾ ਮਹਿਣਾ ਤਾਂ ਇਹ ਆ ਵੀ 25 ਲੀਟਰ ਤੋਂ ਘੱਟ ਗਾਂ ਹੋਣੀ ਨਹੀਂ ਚਾਹੀਦੀ ਇਹਨੇ ਸਟਾਰਟ ਕਰਨ 25 ਲੀਟਰ ਤੋਂ ਘੱਟ ਗਾਂ ਦਾ ਸਟਾਰਟ ਨਾ ਉਹ ਤੁਹਾਨੂੰ ਉਹਨੇ ਪਿੰਡ ਨਾਲ ਬੂੜਨਾ ਹੀ ਨਹੀਂਗਾ ਠੀਕ ਆ ਨਾ ਇਹ ਕੋਈ ਟੈਨਸ਼ਨ ਨਹੀਂ ਹੈਗੀ ਵੀ ਰਹੂਗੀ ਜੇ ਨਾ ਰਹੂਗੀ ਜਦੋਂ ਤੁਸੀਂ ਨੌਲੇਜ ਮੁਤਾਬਕ ਉਹਨਾਂ ਨੂੰ ਨਿਊਟ੍ਰੀਸ਼ਨ ਪੂਰੇ ਕਰੋਗੇ ਉਹਨਾਂ ਦੀ ਖੁਰਾਕ ਪੂਰੀ ਕਰੋਗੇ ਉਹਨਾਂ ਸਭ ਕੁਝ ਪੂਰਾ ਉਹਨਾਂ ਦਾ ਆਪਣੇ ਆਪ ਸਾਰਾ ਕੁਝ ਸੈੱਟ ਹੋਊਗਾ ਬਾਕੀ ਟ੍ਰੇਨਿੰਗ ਗੱਲਾਂ ਲੋਨ ਲੈਣ ਵਾਸਤੇ ਨਹੀਂ ਆ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਬਰੀਡ ਫੀਡ ਮੈਨੇਜਮੈਂਟ
ਮੈਂ ਸਾਰਾ ਕੁਝ ਉੱਥੇ ਜਾ ਕੇ ਸਿੱਖਿਆ ਕਿੰਨਾ ਮਤਲਬ ਸਾਇਲੈਂਸ ਪਾਉਣਾ ਹੈਗਾ, ਕਿਵੇਂ ਪਾਉਣਾ, ਕੀ ਕੁਝ ਮਿਕਸ ਕਰਨਾ ਵਿੱਚ, ਮਿਨਰਲ ਮਿਕਸਚਰ ਕੀ ਹੁੰਦਾ ਹੈਗਾ, ਕਿਉਂ ਪਾਇਆ ਜਾਂਦਾ ਉਹ ਸਾਰਾ ਕੁਝ ਉੱਥੇ ਚੱਲ ਕੇ ਪਤਾ ਚੱਲਿਆ। ਟ੍ਰੇਨਿੰਗ ਦੇ ਵਿੱਚ ਇਦੋਂ ਪਹਿਲਾਂ ਤੁਸੀਂ ਕੁਝ ਮਤਲਬ ਪਸ਼ੂਆਂ ਚ ਤੁਸੀਂ ਨਹੀਂ? ਨਹੀਂ, ਮੈਨੂੰ ਕੁਝ ਵੀ ਮਤਲਬ ਜ਼ੀਰੋ ਲੈਵਲ ਤੋਂ ਮੈਂ ਸਟਾਰਟ ਕੀਤਾ, ਮੈਨੂੰ ਕੋਈ ਨੋਲੇਜ ਨਹੀਂ ਸੀ। ਹੁਣ ਤੁਹਾਨੂੰ 1.5 ਸਾਲ ਹੋ ਗਿਆ ਪੂਰਾ ਸਾਰਾ ਕੁਝ ਪਤਾ ਲੱਗ ਗਿਆ। ਹੁਣ ਅੱਗੇ ਤੁਸੀਂ ਕੀ ਸੋਚਿਆ ਵਾ ਫਿਰ ਅੱਗੇ ਨੂੰ ਹੋਰ ਵੱਡਾ ਕਰਨਾ ਕਿਵੇਂ? ਹਾਂਜੀ, ਹੋਰ ਵਧਾਵਾਂਗੇ ਜੀ ਅੱਗੇ, ਆਪਾਂ 100 ਐਨੀਮਲ ਤਾਂ ਆਪਾਂ ਕਰਨੇ ਕਰਨਾ। ਸੋ ਮਤਲਬ ਆਪਣੇ ਕੋਲ ਗਾਈਆਂ ਹੋਣ ਜੀ ਆਪਦੀ, ਮਤਲਬ ਵੱਡੀ ਪ੍ਰੋਡਕਸ਼ਨ ਦੁੱਧ ਦੀ ਹੋਵੇ ਤਾਂ ਜ਼ਿਆਦਾ ਇਨਕਮ ਉਹਦੇ ਵਿੱਚ। ਬਾਕੀ ਲੋਕ ਕੰਮ ਹੀ ਆਪਾਂ ਇਹ ਕਰੀ ਜਾਂਦੇ ਆ, ਉਹਦੇ ਵਿੱਚ ਥੋੜੀ ਜਿਹੀ ਟਾਈਮ ਆ ਤਾਂ ਵੱਧ ਦੇਣ ਲੱਗ ਜਾਂਗੇ ਹੋਰ ਉਹਦੇ ਜੀ ਜੀ। ਬਾਕੀ ਲੋਕ ਤਾਂ ਹੁਣ ਵੀ ਕਹਿੰਦੇ ਨੇ ਕਿ ਇਹਨਾਂ ਤੋਂ ਲੋਨ ਨਹੀਂ ਲੱਥਣਾ, ਇਹਨਾਂ ਦੀ ਬੈਂਕ 'ਚ ਫੋਟੋ ਲੱਗੂਗੀ, ਇਹ ਬੈਂਕ 'ਚ ਕਹਿ ਕੇ ਵੀ ਆਏ ਨੇ ਬਈ, ਜਾ ਕੇ ਬੈਂਕ 'ਚ ਕਹਿ ਕੇ ਆਏ ਸਾਡੇ ਆਪਾਂ ਨੂੰ ਇਹ ਆ ਨਾ ਕਿ ਅਸੀਂ ਜਦੋਂ ਇੱਥੋਂ ਤੱਕ ਪਹੁੰਚ ਗਏ ਹਨਾ, ਤੁਸੀਂ ਇੰਨੀਆਂ ਰੁਕਾਵਟਾਂ ਲਾਈਆਂ ਹਨਾ, ਆਪਾਂ ਚਲੋ ਨਾਮ ਤਾਂ ਕਿਸੇ ਦਾ ਕਿਉਂ ਲੈਣਾ, ਸਾਡਾ ਲੋਨ ਵੀ ਰੋਕਣ ਤੇ ਕਰ ਗਏ ਨੇ ਤੇ ਲੋਨ ਬੈਂਕ ਉੱਥੇ ਮੈਨੇਜਰ ਨੂੰ ਜਾ ਕੇ ਇਹ ਕਹਿ ਕੇ ਆਏ ਸਾਡੇ ਮਤਲਬ ਡੈਡੀ ਪੀਂਦੇ ਨੇ, ਥੋੜੀ ਡਰਿੰਕ ਕਰਦੇ ਨੇ, ਡਰਿੰਕ ਕਰਕੇ ਤੁਹਾਨੂੰ ਪਤਾ ਬੰਦਾ ਥੋੜਾ ਓਵਰ ਹੋ ਜਾਂਦਾ ਹੈ, ਕਹਿੰਦੇ ਇਹ ਆਪਦੀ ਨੂੰਹ ਨੂੰ ਕੁੱਟ ਮਾਰਤ ਕਰਦੇ ਨੇ, ਇਹਨਾਂ ਨੇ ਡਰਾ ਧਮਕਾ ਕੇ ਲੋਨ ਲਿਆ ਨੂੰਹ ਨੂੰ ਕਹਿ ਕੇ ਹਨਾ, ਮਤਲਬ ਸਾਡਾ ਲੋਨ ਵੀ ਰੁਕ ਗਿਆ ਸੀ ਇੱਕ ਟਾਈਮ ਤੇ ਹਨਾ, ਉਧਰੋਂ ਸਾਡੇ ਮਿਸਤਰੀ ਲੱਗੇ ਹੋਏ, ਉਧਰੋਂ ਲੋਨ ਰੁਕ ਗਿਆ ਤੇ ਅਸੀਂ ਮਤਲਬ ਉੱਥੇ ਜਾ ਕੇ ਉਹਨਾਂ ਨੂੰ ਇੱਥੇ ਲਿਆ ਕੇ ਸਾਰਾ ਕੁਝ ਦਿਖਾ ਕੇ ਵੀ ਭਾਈ ਸਾਡਾ ਕੰਮ ਚੱਲ ਰਿਹਾ, ਅਸੀਂ ਕਰਨਾ ਆ ਤੇ ਫਿਰ ਅਸੀਂ ਅੱਗੇ ਆਪਣਾ ਲੋਨ। ਉਹਨਾਂ ਜਿਹੜੀ ਕਿਸ਼ਤਾਂ ਸਾਨੂੰ ਦੋ ਚ ਦੇਣੀਆਂ ਸੀ, 5 ਕਿਸ਼ਤਾਂ ਚ ਪੈਸੇ ਦਿੱਤੇ ਹਾਂਜੀ ਉਹਨਾਂ ਰੋਕ ਲਾਉਣ ਕਰਕੇ। ਹੁਣ ਤੁਹਾਨੂੰ ਇੱਕ ਲੈਟਰ ਪੜ੍ਹਾਈ ਸੀ ਸਾਡੇ ਬਿਜਲੀ ਦੀ ਰੋਕ ਦੀ, ਵੀ ਸਾਡੇ ਵੀ ਇਹਨਾਂ ਦੀ 24 ਘੰਟੇ ਬਿਜਲੀ ਹੋਣੀ ਚਾਹੀਦੀ, ਐਡਾ ਅਸੀਂ ਫਾਰਮ ਪਾਲਿਆ, ਚੱਲੇ 10 ਕੁ ਦਿਨ ਹੋਏ ਆਪਾਂ ਨੂੰ ਇੱਥੇ ਆਇਆ ਨੂੰ, ਹਲੇ ਫਾਇਲ ਫੂਲ ਤਿਆਰ ਕਰਨ ਦੇ ਟਾਈਮ ਲੱਗ ਜਾਂਦਾ ਹੈਗਾ ਤੇ ਕਹਿੰਦੇ ਇਹਨਾਂ ਦੀ 24 ਘੰਟੇ ਇੱਥੇ ਬਿਜਲੀ ਨਹੀਂ ਆਉਣੀ ਚਾਹੀਦੀ, ਹਲੇ ਦੱਸੋ ਕਿਉਂ ਗੱਲਾਂ ਨੀ ਨਾ ਫਿਰ। ਚਲੋ ਇਹ ਤਾਂ ਤੁਹਾਡਾ ਜਿਹੜਾ ਕੰਮ ਨੇ ਜਵਾਬ ਦੇਣਾ, ਕੰਮ ਨੇ ਜਵਾਬ ਦੇਣਾ, ਤਾਂ ਕੰਮ ਨੇ ਜਵਾਬ ਦੇਣਾ, ਆਪਾਂ ਨੀ ਚਾਹੁੰਦੇ ਕਿਸੇ ਨਾਲ ਬਹਿਸ ਕਰੀਏ, ਕਿਉਂ ਆਪਦੇ ਕੰਮ ਕਿੰਨੀ ਧਿਆਨ ਦੇਵਾਂਗੇ, ਇਹਦਾ ਟਾਈਮ ਦੱਸੂ ਵੀ ਕਿਹਦੀ ਫੋਟੋ ਬੈਂਕ 'ਚ ਲੱਗੂ, ਹਾਂ ਕਿਹਦੀ ਫੋਟੋ ਬੈਂਕ 'ਚ ਲੱਗੂਗੀ। ਇਹ ਤਾਂ ਜੇ ਕੰਮ ਨਹੀਂ ਕਰਾਂਗੇ ਤਾਂ ਬਈ ਯਾਰ ਜਿਹਨੇ 50,000 ਲਿਆ ਉਹ ਵੀ ਨਹੀਂ ਭਰਦਾ, ਜਿਹਨੇ ਕੰਮ ਹੀ ਨਹੀਂ ਕਰਦਾ। ਜਿਵੇਂ ਬਾਈ ਜੀ ਕਹਿੰਦੇ ਸੀ ਜਿਹਦੇ ਕੋਲ ਨੋਟਾਂ ਦੀ ਢੇਰੀ ਪਈ ਆ ਹਨਾ, ਉਹ ਵੀ ਮੁੱਕ ਜਾਂਦੀ ਹੈ ਜੇ ਬੰਦਾ ਨਾ ਕੋਈ ਕੰਮ ਕਰੂ ਹਨਾ ਜੀ, ਤਾਂ ਫਿਰ ਜੇ ਅਸੀਂ ਨਾ ਕਰਾਂਗੇ ਤਾਂ ਫਿਰ ਸਾਡਾ ਵੀ ਉਹੀ ਹਾਲ ਹੋਊਗਾ। ਹਾਂਜੀ ਕਰਾਂਗੇ ਨਾ, ਤੇ ਧਿਆਨ ਨਹੀਂ ਦੇਵਾਂਗੇ, ਐਂ ਤਾਂ ਨਹੀਂ ਸਾਰਾ ਦਿਨ ਗੋਹੇ 'ਚ ਬੜੇ ਰਹੋ, ਉਹ ਵੀ ਨਹੀਂ, ਜਿੰਨਾ ਸਾਨੂੰ ਤਕਨੀਕ ਨਾਲ ਜਿੰਨਾ ਕੰਮ ਕਰਾਂਗੇ ਆਪਾਂ ਉਹਨਾਂ ਨੂੰ ਲੋੜ ਅਸੀਂ ਉਹਨਾਂ ਕਰਦੇ ਹਾਂ, ਅਸੀਂ ਆਪਦਾ ਬੱਚਾ ਵੀ ਦੇਖਦੇ ਹਾਂ, ਸਾਰੇ ਐਨੀਮਲ ਘਰ ਦਾ ਕੰਮ ਵੀ ਕਰਦੇ ਹਾਂ, ਨਾਲ ਇਹਨਾਂ ਦੇ ਵੀ ਕਰਦੇ ਹਾਂ। ਅਸੀਂ ਡਾਕਟਰ ਨਹੀਂ ਬੁਲਾਇਆ ਹੁਣ ਕਦੀ, ਅਸੀਂ AI ਦੀ ਟ੍ਰੇਨਿੰਗ ਲਈ ਆ, ਫੀਵਰ ਹੋਵੇ ਕੁਛ ਵੀ ਹੋਵੇ ਅਸੀਂ ਖੁਦ ਉਹਦਾ ਮਤਲਬ ਕੇਅਰ ਕਰਦੇ ਹਾਂ, ਲਗਭਗ ਅਸੀਂ ਸਾਰੀਆਂ ਪ੍ਰੈਗਨੈਂਟ ਕਰ ਲਈਆਂ ਸੀ, ਤੇ ਜੇ ਬਾਹਰ ਚਲੇ ਜਾਂਦੇ ਫਿਰ ਛੁੱਟਾਂ ਲਾ ਰਹੇ ਹੁੰਦੇ ਕਿਤੇ ਨਾ ਕਿਤੇ, ਨਹੀਂ ਪਤਾ ਜੀ ਫੈਮਿਲੀ ਚ ਜਾਂ ਆਦੇ ਰਿਸ਼ਤੇ ਰਿਸ਼ਤੇ ਦੇ ਫਰਕ ਪੈ ਜਾਂਦਾ, ਜਾਂ ਉੱਥੇ ਉਹਨੂੰ ਗੋਰਾਂ ਦੇ ਭਾਂਡੇ ਮਾਂਜਦੇ, ਜਾਂ ਭਾਈ ਨਹੀਂ ਕਹਿੰਦੇ ਵੀ ਜਿਹੜੇ ਲੋਕ ਕੰਮ ਕਰਦੇ ਮਾੜਾ ਕੰਮ ਕਰਦੇ, ਸਾਡੀ ਸੋਚ ਆ ਜੀ ਜੀ, ਕੀ ਪਤਾ ਅਸੀਂ ਕੁਛ ਕੋਈ ਕੁਛ ਕਰਦੇ ਸੀ, ਪੰਜਾਬ ਨੂੰ ਸਾਰੇ ਲੋਕ ਮੈਂ ਚਾਹੁੰਦਾ ਮੁੜਨ, ਮੁੜ ਕੇ ਇੱਥੇ ਆਦੇ ਪੰਜਾਬ ਨੂੰ ਸਾਂਭ ਕੇ ਕੰਮ ਕਰਨ, ਕਿੱਤਾ ਕਰਨ, ਮਧੂਮੱਖੀ ਦਾ ਕਰ ਲੋ ਜੀ, ਬੱਕਰੀ ਪਾਲਣ ਦਾ ਕਰ ਲੋ, ਸੂਰ ਪਾਲਣ ਦਾ ਕਰ ਲੈਣ ਜੀ, ਜਿਹਨੇ ਜਿਹੜਾ ਮਣਕਾ ਦਾ ਡੇਅਰੀ ਫਾਰਮਿੰਗ ਦਾ ਕਰ ਲੈਣ, ਕੋਈ ਹਾਊਸ ਰਾਈਡਿੰਗ ਦਾ ਕਰਨਾ ਚਾਹੁੰਦਾ, ਸਿੱਖ ਕੇ ਕਰਨਾ, ਸਿੱਖ ਕੇ ਸਿੱਖ ਕੇ ਟ੍ਰੇਨਿੰਗ ਲੈ ਕੇ ਚੱਲਣਾ, ਟ੍ਰੇਨਿੰਗ ਹਰੇਕ ਜੀ ਦੀ, ਹਰੇਕ ਚ 25% ਸਬਸਿਡੀ ਆ ਜੇ ਕਰਨ, ਜਿੰਨਾ ਕੁ ਬੰਦੇ ਨੂੰ ਵਿਆਜ ਪੈਣਾ। ਇੱਕ ਤੁਹਾਨੂੰ ਹੋਰ ਦੱਸ ਦੇਣਾ ਬਈ, ਜਿਹੜਾ ਵੀ ਆਪਾਂ SBI ਤੋਂ ਲੋਨ ਲਵਾਂਗੇ ਜਾਂ ਸਰਕਾਰੀ ਬੈਂਕ ਤੋਂ ਲੋਨ ਲਵਾਂਗੇ, ਮੈਨੂੰ SBI ਦਾ ਪਤਾ ਕਿਉਂਕਿ ਮੈਂ SBI ਤੋਂ ਲਿੱਤਾ, 85 ਪੈਸੇ ਵਿਆਜ ਹੀ ਆ, ਕੁਛ ਵੀ ਵਿਆਜ ਨਹੀਂ, 19 ਸਬਸਿਡੀ ਆ ਵੀ ਮੰਨ ਕੇ ਚੱਲੋ, ਤੁਸੀਂ ਮੂਲ ਲਿੱਤਾ ਜਿੰਨਾ, ਉਹ ਵੀ ਆਪਾਂ ਹੌਲੀ ਹੌਲੀ ਤਾਰਨਾ, 5-6 ਸਾਲ ਹੁੰਦੇ ਨੂੰ ਉਹਦੇ ਵਿੱਚ ਹੌਲੀ ਹੌਲੀ ਤਾਰਨਾ 5 ਸਾਲਾਂ ਚ। ਬਾਕੀ ਇਹ ਵੀ ਵੱਡੀ ਗੱਲ ਆ ਜਾਂਦੀ ਹੈ ਜਿੱਥੇ ਆਪਾਂ ਸਰਕਾਰਾਂ ਨੂੰ ਜਾਂ ਇਸ ਸਿਸਟਮ ਨੂੰ ਤਾਨੇ ਮਿਹਣੇ ਮਾਰਨੇ, ਆਪਾਂ ਆਪਦਾ ਬਿਜ਼ਨਸ ਖੜਾ ਕਰਕੇ ਤੇ ਬਹੁਤ ਅੱਗੇ ਲੰਘ ਸਕਦੇ ਆ। ਸਰਕਾਰਾਂ ਦਿੰਦੀਆਂ ਨੇ, ਆਪਾਂ ਲੈਂਦੇ ਨਹੀਂ, ਹਾਂ ਸਰਕਾਰਾਂ ਨਹੀਂ ਮਾੜੀਆਂ, ਆਪਾਂ ਆਪ ਮਾੜੇ ਹੋ ਜਾਂਦੇ, ਕਿਉਂ ਆਪਾਂ ਉਹ ਚੀਜ਼ ਕਿੰਨੀ ਜਾਣਦੇ ਨਹੀਂ, ਜੇ ਕਿਉਂ ਨਹੀਂ ਦਿੰਦੇ ਆਪਾਂ ਨੂੰ, ਆਪਾਂ ਹੁਣ ਮੇਰੇ ਕੋਲ ਵਿੱਚ ਮੁੰਡੇ ਬਥੇਰੇ ਫੋਨ ਕਰਦੇ ਨੇ ਬਈ ਸਾਨੂੰ ਲੋਨ ਨਹੀਂ ਮਿਲਦਾ, ਮੈਂ ਕਿਉਂ ਨਹੀਂ ਮਿਲਦਾ, ਕਾਰਨ ਦੱਸੋ, ਕਿੰਨੀ ਜ਼ਮੀਨ ਆ, ਕੋਈ ਕਹਿੰਦਾ 7 ਕਿੱਲੇ, ਕੋਈ 10 ਕਿੱਲੇ ਆ, ਕਾਰਨ ਮੈਂ ਬਈ ਕਿੰਨੇ ਪਸ਼ੂ ਆ, ਕਹਿੰਦਾ ਬਈ 2 ਪਸ਼ੂ, ਮੈਂ ਦੁੱਧ ਕਿਹਨੂੰ ਪਾਉਣਾ, ਤੇ ਲੈਣਾ ਤੂੰ 20 ਲੱਖ ਆ ਤੇ ਦੁੱਧ ਤੂੰ 2 ਪਸ਼ੂਆਂ ਦਾ ਪਾਉਣੇ ਤੁਸੀਂ ਡੈਰੀ, ਕਿਉਂਕਿ ਸਟੇਟਮੈਂਟ ਨਹੀਂ ਨਾ ਉਹਦੇ ਵਿੱਚ ਵਾਲਾ, ਬੈਂਕ ਨੂੰ ਵੀ ਕਲੀਅਰ ਹੋਣਾ ਚਾਹੀਦਾ ਨਾ ਵੀ ਹਾਂ ਇਹ ਵਾਕਿਆ ਹੀ ਬੰਦਾ ਫਾਰਮ ਕਰਨਾ, ਇਹਦੇ ਕੋਲ 4 ਪਸ਼ੂ ਹੋਣ, ਸਟੇਟਮੈਂਟ ਹੋਣੀ ਜ਼ਰੂਰੀ ਆ, ਕਿਸੇ ਮਰਜ਼ੀ ਕੰਪਨੀ ਨੂੰ ਦੁੱਧ ਪਾਓ, ਜੇ ਫਰਜ਼ ਕਰੋ ਤੁਸੀਂ ਕੰਪਨੀ ਨੂੰ ਦੁੱਧ ਨਹੀਂ ਪਾਉਂਦੇ ਸਟੇਟਮੈਂਟ, ਹੈ ਨਹੀਂ ਫੇਰ ਕੀ ਪ੍ਰੋਸੀਜਰ, ਉਹਨਾਂ ਦਾ ਵੀ ਛੋਟਾ ਲੋਨ ਹੋਊਗਾ, ਉਹ ਛੋਟਾ ਲੋਨ ਹੁੰਦਾ, ਫਿਰ ਉਹਨਾਂ ਨੂੰ ਹੌਲੀ ਹੌਲੀ ਸਟੈਪ ਵਾਈਜ਼ 10 ਗਾਈਆਂ ਤੋਂ ਮਤਲਬ ਇਹਨਾਂ ਕਿ ਚਲੋ ਵੀ 10 ਲੱਖ ਤੋਂ ਥੱਲੇ, ਜਿਹੜਾ 10 ਗਾਈਆਂ ਨੇ 20 ਗਾਈਆਂ ਦਾ ਲੋਨ ਹੁੰਦਾ ਵੱਡਾ ਸਟੈਂਡ ਅਪ, ਮੈਂ ਸਮਝ ਗਈ, ਇਹਦੇ ਵਿੱਚ 20 ਗਾਈਆਂ ਦਾ ਹੁੰਦਾ, 10 ਦੀ ਕਿਸ਼ਤ ਪਹਿਲਾਂ ਦੇ ਦਿੰਦੇ ਆ, ਸਾਡੀ ਕਿਸ਼ਤ ਰਹਿੰਦੀ ਆ, ਸਾਡੇ ਕੋਲ ਘੱਟ ਨੇ 10 ਦੀ ਕਿਸ਼ਤ ਰਹਿੰਦੀ ਸਾਡੇ 10 ਗਾਈਆਂ ਦੀ, ਹਲੇ ਉਹ 6 ਮਹੀਨਿਆਂ ਬਾਅਦ ਹੁੰਦੀ ਹੈ ਲੋਨ ਪਾਸ ਹੋਣ ਤੋਂ।
ਜੇ ਇੱਕ ਸਾਲ ਦਾ ਬੀਮਾ ਲਾਈ ਆਪਾਂ ਹੁਣ ਤਾਂ 80,000 ਵੀ ਕੀਮਤ ਪਾਉਂਦੇ ਗਾਂ ਦੀ ਜੇ ਆਪਾਂ ਜਿਹੜੇ ਕੋਲ ਮੇਰੇ ਕੋਲ ਵਿੱਚ ਗਾਈਆਂ ਵੱਡੀਆਂ ਨੇ ਮੇਰੇ ਕੋਲ ਕੋਈ 1.5 ਲੱਖ ਵਾਲੇ ਕੋਈ 2 ਲੱਖ ਵਾਲੇ ਜਿਵੇਂ ਦੁੱਧ ਦੇ ਮੁਤਾਬਕ ਉਹਨਾਂ ਦੇ ਠੀਕ ਹੈ ਉਹਨਾਂ ਦੀ ਪਰ ਕੀਮਤ ਉਹ ਪਊ ਤਾਂ 80,000 ਹੀ ਹੁਣ ਮੇਰੇ ਕੋਲ 70,000 ਰੁਪਏ ਵੀ ਹੋਆ 70,000 42,100 ਰੁਪਏ ਪਰ ਵੀ ਮੈਂ ਇੱਕ ਗਾਂ ਦਾ ਇੱਕ ਸਾਲ ਦਾ ਜੀ ਜੇ 80,000 ਪਾਉਣੀ ਆ ਤਾਂ 4,850 5,000 ਰੁਪਏ ਇੱਕ ਗਾਂ ਦਾ ਲੱਗਦਾ ਬੀਮਾ ਕਰਾਉਣ ਦਾ ਜੀ ਮੈਂ ਤਾਂ ਇਹੀ ਕਹਿਣਾ ਵੀ ਸਾਰੇ ਆਉਣ ਆਪਦਾ ਕਹੂ ਮਰਜ਼ੀ ਕਿੱਤਾ ਚਲਾਉਣ ਕਿਸੇ ਨੇ ਵੀ ਬਾਹਰ ਜਾਣਾ ਗਾ ਇੰਨੇ ਉੱਥੇ ਆਪਾਂ ਨੂੰ ਸਾਰੀ ਉਮਰ ਗੱਡੀ ਤੇ ਘਰ ਬਣਾਉਣ ਤੇ ਲੰਘ ਜਾਂਦੇ ਆ ਇੱਥੇ ਆਪਣੇ ਕੋਲ ਘਰ ਤੇ ਗੱਡੀ ਹੁੰਦੀ ਆ ਆਪਾਂ ਬਿਜ਼ਨਸ ਖੜਾ ਕਰਨਾ ਕਿਉਂਕਿ 20 ਸਾਲ 25 ਸਾਲ ਬਾਹਰ ਲੱਗ ਜਾਂਦੇ ਜੀ ਰਮਨ ਜੀ ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਹਾਂਜੀ ਬਾਕੀ ਲੋਕਾਂ ਦਾ ਇਹ ਹੁੰਦਾ ਨਾ ਕਿ ਸਿਸਟਮ ਨਹੀਂ ਸਹੀ ਹੋ ਰਹੇ ਅਸੀਂ ਤਾਂ ਕਰਕੇ ਫੌਰਨ ਚੱਲੇ ਆ ਉਰੇ ਸਰਕਾਰਾਂ ਜੋਬ ਨਹੀਂ ਦਿੰਦੀਆਂ ਆਪਾਂ ਖੁਦ ਨਹੀਂ ਕਰਨਾ ਚਾਹੁੰਦੇ ਉਰੇ ਕੁਝ ਆਪਾਂ ਨੂੰ ਇਹ ਹੁੰਦਾ ਲੋਕ ਕੀ ਕਹਿਣਗੇ ਮੈਂ ਆਪਦੀ ਗੱਲ ਕਰਦੀ ਆ ਬਾਕੀ ਅੱਜ ਤਾਂ ਬਾਅਦ ਚੋਂ ਮੈਂ ਵੀ ਪਹਿਲਾਂ ਕਹਿੰਦੀ ਸੀ ਲੋਕ ਕੀ ਕਹਿਣਗੇ ਹਾਏ ਮੈਨੂੰ ਕੋਈ ਕੀ ਕਹੂਗਾ ਵੀ ਇਹ ਗੋਹੇ ਚ ਰਹਿੰਦੀ ਆ ਜੇ ਮੇਰੇ ਕੋਈ ਪੇਰੈਂਟਸ ਤੋਂ ਫੈਮਿਲੀ ਤੋਂ ਮੈਨੂੰ ਮਿਲਣ ਆ ਗਿਆ ਕੋਈ ਹੈ ਨਾ ਤਾਂ ਮੈਨੂੰ ਕੀ ਕਹਿਣਗੇ ਕਿ ਇਹ ਮਤਲਬ ਇਹ ਕੰਮ ਕਰ ਰਹੀ ਆ ਹੈ ਨਾ ਤਾਂ ਆਪਾਂ ਇਹ ਨਹੀਂ ਸੋਚਣਾ ਚਾਹੀਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈ ਨਾ ਆਪਾਂ ਨੂੰ ਕਰਨਾ ਚਾਹੀਦਾ ਹਾਰਡ ਵਰਕ ਹਰੇਕ ਕੰਮ 'ਚ ਹੁੰਦਾ ਇਹ ਤਾਂ ਹੈ ਨਹੀਂ ਹੁਣ ਲੋਕ ਭਾਲਦੇ ਸਪੂਨ ਫੀਡਿੰਗ ਵੀ ਪੱਕਿਆ ਪਕਾਇਆ ਮਿਲ ਜੇ ਬਸ ਖਾ ਲਈਏ ਤੇ ਉਹ ਕੰਮ ਤਾਂ ਉਹ ਤਾਂ ਚੀਜ਼ ਕਿਤੇ ਵੀ ਨਹੀਂ ਮਿਲਣੀ ਆਪਾਂ ਨੂੰ ਜੀ ਉਹ ਤਾਂ ਆਪਾਂ 80 ਸਾਲ ਦੇ ਹੋ ਜਾਵਾਂਗੇ ਨਾ ਤਾਂ ਵੀ ਆਪਣੇ ਬੱਚੇ ਕਹਿਣਗੇ ਵੀ ਇਹ ਕੰਮ ਕਰ ਦਿਓ ਫਿਰ ਤੁਹਾਨੂੰ ਰੋਟੀ ਮਿਲੂਗੀ ਹੈ ਨਾ ਤਾਂ ਮਤਲਬ ਆਪਾਂ ਨੂੰ ਸ਼ੁਰੂ ਤੋਂ ਹੀ ਸੋਚ ਬਣਾ ਕੇ ਚੱਲਣੀ ਚਾਹੀਦੀ ਆ ਵੀ ਆਪਾਂ ਖੁਦ ਕੰਮ ਕਰੀਏ ਆਪਦੇ ਹੱਥੀਂ ਕਰੀਏ ਆਪਦੀ ਫੈਮਿਲੀ 'ਚ ਰਹਿ ਕੇ ਕਰੀਏ ਆਪਦੇ ਦੇਸ਼ 'ਚ ਰਹਿ ਕੇ ਕਰੀਏ ਬਾਕੀ ਕੰਟਰੀਜ਼ ਦੇ ਵਿੱਚ ਦੇਖਦੇ ਆਪਾਂ ਕਿਤੇ ਅਰਥਕਵਿਕ ਆ ਗਿਆ ਕਿਤੇ ਹੜ੍ਹ ਆ ਗਿਆ ਕਿਤੇ ਸੋਕਾ ਪੈ ਗਿਆ ਕਿਤੇ ਭੁੱਖ ਮਰੀ ਕਿਤੇ ਕੁਛ ਆਪਣੇ ਦੇਸ਼ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈਗਾ ਕਿ ਆਪਣੀ ਉਹ ਜੋ ਪਾਠ ਹੁੰਦਾ ਸਵੇਰੇ ਸ਼ਾਮ ਹੈ ਨਾ ਆਪਾਂ ਖੁਦ ਵੀ ਗੁਰਬਾਣੀ ਪੜ੍ਹਦੇ ਹਾਂ ਆਪਾਂ ਨੂੰ ਕੋਈ ਰੋਕ ਟੋਕ ਨਹੀਂ ਆਪਾਂ ਜਦੋਂ ਦਿਲ ਕਰਦਾ ਪਾਠ ਕਰੋ ਜਦੋਂ ਦਿਲ ਕਰਦਾ ਘੁੰਮੋ ਆਓ ਜਾਓ ਕੰਮ ਕਰੋ ਹੈ ਨਾ ਜੀ ਇੱਥੇ ਕੋਈ ਉਹ ਨਹੀਂ ਹੈਗਾ ਕਿ ਆਪਾਂ ਆਪਣੀ ਮਰਜ਼ੀ ਨਾਲ ਕੁਝ ਕਰ ਨਹੀਂ ਸਕਦੇ ਜੀ 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 ਅੱਜ ਤੁਸੀਂ ਦੋਨਾਂ ਨੇ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਦਾਂ ਹੀ ਤੁਸੀਂ ਹੋਰ ਤਰੱਕੀ ਦੀ ਰਾਹਾਂ ਤੇ ਜਾਂਦੇ ਰਹੋ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਤੁਸੀਂ ਉਹ ਉਤਸ਼ਾਹਿਤ ਕਰੋ ਧੰਨਵਾਦ ਇਹੀ ਕਹਿੰਦੇ ਜੀ ਮਤਲਬ ਵੀ ਜਿੰਨੇ ਵੀ ਡੇਅਰੀ ਡਿਪਾਰਟਮੈਂਟ ਦੇ ਵਿੱਚ ਆਉਣਾ ਚਾਹੁੰਦੇ ਆ ਠੀਕ ਹੈ ਨਾ ਜ਼ਰੂਰੀ ਨਹੀਂ ਵੀ ਸਾਨੂੰ ਹੀ ਮਿਲਣਾ ਜਾਂ ਕਿਸੇ ਨੂੰ ਵੀ PDFA ਦੀ ਮੀਟਿੰਗ ਦੇ ਵਿੱਚ ਹਰ ਮਹੀਨਾ ਮੀਟਿੰਗ ਹੁੰਦੀ ਆ ਉਹ ਮੀਟਿੰਗ ਦੇ ਵਿੱਚ ਆਉਣ ਉੱਥੋਂ ਸੀਮਨ ਵੀ ਮਿਲਦੇ ਨੇ ਠੀਕ ਹੈ ਨਾ ਜੀ ਉੱਥੇ ਉਹ ਮੀਟਿੰਗ ਦੇ ਵਿੱਚ ਨਾਲ ਜੁੜਨੇ ਉੱਥੋਂ ਨੌਲੇਜ ਵਾਲੀ ਤੁਹਾਡਾ ਇੰਟਰਸਟ ਬਹੁਤ ਫਾਇਦੇਮੰਦ ਹੋਊਗਾ ਅਸੀਂ ਹਰ ਮੀਟਿੰਗ ਤੇ ਦੋਨੇ ਜਾਣੇ ਮਿਲਿਆ ਕਰਾਂਗੇ ਉੱਥੇ ਦੋਨੇ ਜਾਣੇ ਮੀਟਿੰਗ ਹੁੰਦੀ ਆ ਇਹ ਜੀ ਤੇ ਉਹ PDFA ਦਾ ਸਰਚ ਕਰ ਲੈਣ ਪੇਜ ਹੈਗਾ ਫੇਸਬੁੱਕ ਤੇ ਉਹਦੇ ਪੋਸਟ ਪਾਈ ਹੁੰਦੀ ਹੈ 20 ਤਰੀਕ ਦੀ ਦੂਜੇ ਮਹੀਨੇ ਦੀ ਵੀਰਵਾਰ ਨੂੰ ਮੀਟਿੰਗ ਹੁੰਦੀ ਹੁੰਦੀ ਆ ਜੀ ਬਾਕੀ ਸਿਸਟਮ ਆਪਣਾ ਫੇਰ ਹੀ ਸਹੀ ਹੋਊਗਾ ਜੇ ਆਪਣੇ ਬੱਚੇ ਉਰੇ ਰਹਿ ਕੇ ਪੜਨਗੇ ਆਫੀਸਰ ਵਗੈਰਾ ਬਣਨਗੇ ਹਨਾ ਆਪਾਂ ਤਾਂ ਫੌਰਨ ਲੈ ਜਾਂਦੇ ਪਲੱਸ 2 ਕਰਨ ਤੋਂ ਬਾਅਦ ਬੱਚਿਆਂ ਨੂੰ ਹਿਸਟਰੀ ਨਹੀਂ ਪਤਾ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਕਿੱਥੇ ਹੋਇਆ ਇਹ ਨਹੀਂ ਪਤਾ ਬੱਚਿਆਂ ਨੂੰ ਕਿਉਂਕਿ ਆਪਾਂ ਪਲੱਸ 2 ਦਾ ਕਰਨ ਨਹੀਂ ਦਿੰਦੇ ਉਹ ਪਹਿਲਾਂ ਹੀ ਉਹਦੇ ਦਿਮਾਗ 'ਚ ਭਰ ਦਿੰਦੇ ਆਈਲੈਟਸ ਕਰਕੇ ਬਾਹਰ ਜਾਣੇ ਬੱਚਾ ਉਹ ਚੀਜ਼ ਲੈ ਕੇ ਅੱਗੇ ਵੱਧਦਾ ਉੱਥੇ ਜਾ ਕੇ ਬਸ ਕੰਮ ਨੀਂਦ ਪੂਰੀ ਕਰੋ ਕੰਮ ਕਰੋ ਕੰਮ ਤੇ ਆਓ ਜਾਓ ਬਸ ਬਾਹਰਲੇ ਦੇਸ਼ ਕੰਮ ਆਪਾਂ ਮੰਨ ਕੇ ਚੱਲੋ 16-16 ਘੰਟੇ ਕਰਦੇ ਆ ਇੱਥੇ 4 ਘੰਟੇ ਕਰ ਲਓ ਬਰਾਬਰ ਆ ਇੱਥੇ 4 ਘੰਟੇ ਕਰੋ ਉੱਥੇ 16 ਦੇ ਇੱਥੇ 4 ਘੰਟੇ ਡਾਲਰ ਅਮਰੀਕਾ ਨਾਲੋਂ ਬਾਈ ਨੇ ਕਹੇ ਨਾ ਨਿਰਮਲ ਨੇ ਵੀ ਇੱਥੇ ਡਾਲਰ ਅਮਰੀਕਾ ਨੂੰ ਵੱਧ ਕਮਾ ਸਕਦੇ ਆ ਪੱਕੇ ਕਮਾ ਸਕਦੇ ਆ 4 ਘੰਟੇ ਕੰਮ ਕਰਕੇ ਵੀ 2 ਘੰਟੇ ਸਵੇਰੇ ਦੇ ਦੋ ਘੂੜੋ ਘੰਟੇ ਗਾਈਆਂ ਨੂੰ ਸੰਮ ਦੇ ਦੋ ਜੀ ਬਹੁਤ ਹੈ ਇੱਕ ਗੱਲ ਹੋਰ ਮੈਨੂੰ PDF ਦੇ ਵਿੱਚ ਇੱਕ ਗੋਰਾ ਮਿਲਿਆ ਆਪਾਂ ਨੂੰ ਮਤਲਬ ਆਪਾਂ ਪੰਜਾਬੀ ਇਹੋ ਜਿਹੇ ਹੁੰਦੇ ਆਪਾਂ ਨੂੰ ਅਟਰੈਕਸ਼ਨ ਜੋ ਹੁੰਦੀ ਚਲੋ ਪਿੱਕਰ ਵਾਂ ਚੱਲੀਏ ਅਸੀਂ ਪਿੱਕਰ ਵਾਂ ਚਲੇ ਗਏ ਉਹਨਾਂ ਨਾਲ ਤਾਂ ਉਹ ਮੈਨੂੰ ਪੁੱਛਦਾ ਹੈ ਕਹਿੰਦਾ ਕਿ ਇੱਥੇ ਮਤਲਬ ਤੁਹਾਡੇ ਇਕੱਲੇ ਜੈਂਟਸ ਹੀ ਕਿਉਂ ਆਉਂਦੇ ਨੇ ਲੇਡੀਜ਼ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਰਿੰਗ ਦੇ ਵਿੱਚ ਮੈਂ ਕਿਹਾ ਵੀ ਮੈਂ ਗਈ ਤਾਂ ਸੀਗੀ ਕਹਿੰਦੇ ਤੁਸੀਂ ਇਕੱਲੇ ਸੀਗੇ ਤੁਹਾਡਾ ਕੋਈ ਕੰਪੀਟੀਟਿਵ ਤਾਂ ਹੈ ਨਹੀਂ ਸੀ ਨਾ ਨਾਲ ਕਹਿੰਦੇ ਤੁਹਾਡਾ ਮਤਲਬ ਕੋਈ ਹੋਰ ਵੀ ਕੁੜੀ ਹੋਣੀ ਚਾਹੀਦੀ ਸੀ ਕਹਿੰਦੇ ਅਸੀਂ ਦੇਖਿਆ ਸਾਰਾ ਮੇਲਾ ਕਹਿੰਦੇ ਇੱਥੇ ਲੇਡੀਜ਼ ਬਹੁਤ ਘੱਟ ਆਉਂਦੀਆਂ ਨੇ ਆਪਣੇ ਕਹਿ ਦਿੰਦੇ ਨੇ ਹਾਂ ਤੂੰ ਘਰੇ ਰਹਿ ਗੋਹਾ ਸੱਟ ਪੱਠੇ ਪਾ ਤੂੰ ਬਾਹਰ ਜਾ ਕੇ ਕੀ ਕਰੇਂਗੀ ਬੰਦਿਆਂ 'ਚ ਤਾਂ ਮੈਂ ਚਾਹੁੰਦੀ ਹਾਂ ਕਿ ਆਪਣੀਆਂ ਘਰ ਵਾਲੀਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਵਾਂ ਨੂੰ ਉੱਥੇ PDFA ਦੇ ਮੇਲੇ 'ਤੇ ਜ਼ਰੂਰ ਲੈ ਕੇ ਜਾਇਆ ਕਰੋ ਮੀਟਿੰਗ ਦੇ ਵਿੱਚ ਜ਼ਰੂਰ ਭੇਜਿਆ ਕਰੋ ਕਿਉਂਕਿ ਜਿਹਨੇ ਮਤਲਬ ਬੰਦੇ ਨੇ ਗਲਤ ਹੋਣਾ ਉਹ ਤਾਂ ਘਰੇ ਬੈਠਾ ਹੀ ਹੋ ਜਾਓ ਜ਼ਰੂਰੀ ਨਹੀਂ ਹੈ ਕਿ ਆਪਾਂ ਬਾਹਰ ਜਾ ਕੇ ਗਲਤ ਹੋਵਾਂਗੇ ਘਰੇ ਬੈਠਾ ਵੀ ਬੰਦਾ ਗਲਤ ਹੋ ਸਕਦਾ ਤਾਂ ਇਹ ਪੁਰਾਣੀ ਸੋਚ ਛੱਡੋ ਹੈ ਨਾ ਵੀ ਜੇ ਇਹਨਾਂ ਨੂੰ ਬਾਹਰ ਭੇਜਦਾ ਤਾਂ ਕੁਛ ਗਲਤ ਹੋ ਜੂ ਕੁਛ ਗਲਤ ਨਹੀਂ ਹੁੰਦਾ ਮੈਂ ਖੁਦ ਹੁਣ ਮੈਂ ਪੇਪਰ ਇਕੱਲੀ ਦੇਣ ਜਾਂਦੀ ਹਾਂ ਸਟੱਡੀ ਇਕੱਲੀ ਕਰਨ ਜਾਂਦੀ ਹਾਂ ਹੁਣ ਇਹ ਮੇਰੇ ਨਾਲ ਕਿਤੇ ਹਰ ਥਾਂ ਜਾ ਨਹੀਂ ਸਕਦੇ ਆਪਾਂ ਕੁੜੀਆਂ ਜਦੋਂ ਬਾਹਰ ਭੇਜ ਦਿੰਦੇ ਹਾਂ ਫਿਰ ਇੱਥੇ ਕਿਉਂ ਨਹੀਂ ਹੋ ਸਕਦਾ ਇੱਥੇ ਤਾਂ ਆਪਣੇ ਲੋਕ ਨੇ ਨਾ ਆਪਾਂ ਆਪਣੇ ਲੋਕਾਂ ਦੇ ਵਿੱਚ ਹੀ ਭੇਜਣ ਤੋਂ ਡਰਦੇ ਹਾਂ ਤੇ ਫਿਰ ਬਾਹਰ ਗੋਰਿਆਂ 'ਚ ਆਪਾਂ ਕਿਵੇਂ ਭੇਜ ਦਿੰਦੇ ਹਾਂ ਆਪਣੇ ਬੱਚੇ ਲੁਧਿਆਣਾ ਹਰ ਘੰਟੇ ਦੀ ਵਾਰਡ ਇੱਥੋਂ ਜੀ ਤੇ ਮੇਲੇ ਵਿੱਚ ਜਾਇਆ ਕਰਨ ਉਹ ਹੁਣ ਮੈਂ ਚਾਹੁੰਦੀ ਹਾਂ ਕਿ ਮੇਰੇ ਬਰਾਬਰ ਮੈਂ ਅਗਲੀ ਵਾਰ ਲੈ ਕੇ ਆ ਰਹੀ ਹਾਂ PDFA ਦੇ ਵਿੱਚ ਆਪਣੀਆਂ ਗਾਵਾਂ ਤੇ ਮੇਰੇ ਬਰਾਬਰ ਕੁੜੀਆਂ ਜ਼ਰੂਰ ਆਉਣ ਲੈ ਕੇ ਆਪਣੀਆਂ ਗਾਵਾਂ ਜੀ ਇੱਕ ਹਾਰ ਬਣੀ
ਜਿਹੜੇ ਸਫਲਤਾ ਦੀਆਂ ਰਾਹਾਂ ਦੇ ਉੱਤੇ ਪਹਿਲਾ ਕਦਮ ਜਿਹੜਾ ਆਪਣਾ ਰੱਖ ਚੁੱਕੇ ਆ ਤੇ ਬਹੁਤ ਸਾਰੀਆਂ ਖਾਸ ਕਰਕੇ ਜੇ ਸਾਡੀਆਂ ਭੈਣਾਂ ਦੀ ਗੱਲ ਕਰਦੇ ਆ ਸਾਡੀਆਂ ਉਹ ਨੌਜਵਾਨ ਧੀਆਂ ਦੀ ਗੱਲ ਕਰਦੇ ਆ ਹਾਲਾਂਕਿ ਬਾਹਰ ਜਾ ਵੀ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਹੋ ਵੀ ਰਹੀਆਂ ਪਰ ਪੰਜਾਬ 'ਚ ਰਹਿ ਕੇ ਤੁਸੀਂ ਕਿਵੇਂ ਬੁਲੰਦੀਆਂ ਹਾਸਲ ਕਰ ਸਕਦੇ ਹੋ ਤੁਸੀਂ ਇਸ ਭੈਣ ਤੋਂ ਸਿੱਖ ਸਕਦੇ ਹੋ ਜਾਂ ਇਸ ਜੋੜੇ ਤੋਂ ਤੁਸੀਂ ਸਿੱਖ ਸਕਦੇ ਹੋ ਰਿਸਕ ਤੁਹਾਨੂੰ ਜ਼ਿੰਦਗੀ ਦੇ ਵਿੱਚ ਲੈਣੇ ਪੈਂਦੇ ਆ ਪਰ ਇੱਕ ਅਜਿਹਾ ਰਿਸਕ ਜਿਹੜਾ ਤੁਹਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਵੀ ਜੋੜ ਕੇ ਰੱਖਦਾ ਅਤੇ ਆਪਣੇ ਪਰਿਵਾਰ ਦੇ ਨਾਲ ਵੀ ਜੋੜ ਕੇ ਰੱਖਦਾ ਗਾ ਇਹ ਤੁਸੀਂ ਲਓਗੇ ਤਾਂ ਇਹਦੇ ਵਿੱਚ ਕੋਈ ਮੈਨੂੰ ਲੱਗਦਾ ਇਹ ਹਰਜ਼ ਨਹੀਂ ਅੱਗੇ ਫਿਰ ਹਾਜ਼ਰ ਹੋਵਾਂਗੇ ਕੋਈ ਅਜਿਹੇ ਹੋਰ ਮੁਲਾਕਾਤ ਲੈ ਕੇ ਜਿਹੜੀ ਹਾਂ ਪੱਖੀ ਹੁੰਗਾਰਾ ਦਿੰਦੀ ਹੋਵੇ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟਾਕ ਵਿਦ ਰਤਨ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ।